ਸਤਿ ਸ਼੍ਰੀ ਅਕਾਲ ਜੀ। ਪੰਜਾਬ, ਹਰਿਆਣਾ, ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੁੱਦੇ ਕੀ ਬਾਤ 'ਚ ਨਵਜੋਤ ਸਿੰਘ ਧਾਲੀਵਾਲ ਵੱਲੋਂ ਸਵਾਗਤ ਹੈ। ਪੁਲਿਸ ਅਫਸਰਾਂ, ਸਿਆਸਤਦਾਨ ਅਤੇ ਅਦਾਕਾਰਾਂ ਤੋਂ ਹੁੰਦੀ ਹੋਈ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ SIT ਦੀ ਟੀਮ ਹੁਣ ਹਰਿਆਣਾ ਦੇ ਰੋਹਤਕ 'ਚ ਪੈਂਦੀ ਸੁਨਾਰੀਆ ਜੇਲ੍ਹ ਪਹੁੰਚੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਚੱਲ ਰਹੀ SIT ਦਾ ਮੰਨਣਾ ਹੈ ਕਿ ਮਾਮਲੇ ਨੂੰ ਲਾਂਭੂ ਹੀ ਸਿਰਸਾ ਡੇਰੇ ਤੋਂ ਲੱਗਿਆ ਸੀ। ਪੜਤਾਲੀਆ ਟੀਮ ਦੀ ਜਾਂਚ ਅਕਾਲੀ ਦਲ ਨੂੰ ਨਹੀਂ ਪਾ ਰਹੀ। ਪਾਰਟੀ ਇਸ ਨੂੰ ਸਿਆਸੀ ਸ਼ਹਿ 'ਤੇ ਚਲਾਉਣ ਦਾ ਇਲਜ਼ਾਮ ਲਾਉਂਦੀ ਕੇਂਦਰੀ ਚੋਣ ਕਮਿਸ਼ਨ ਕੋਲ ਪਹੁੰਚ ਕਰ ਗਈ। ਸੂਬਾ ਚੋਣ ਕਮਿਸ਼ਨ ਨੇ DGP ਤੋਂ ਮਾਮਲੇ ਦੀ ਰਿਪੋਰਟ ਤਲਬ ਕਰ ਲਈ, ਜਦੋਂ ਕਿ ਤਮਾਮ ਵਿਰੋਧੀ ਦਲ ਇਸ ਨੂੰ ਅਕਾਲੀ ਦਲ ਦੀ ਘਬਰਾਹਟ ਦੱਸ ਰਹੇ ਨੇ ਅਤੇ ਸੁਰਖੀਆਂ 'ਚ ਰਹਿੰਦੇ ਜਾਂਚ ਕਰ ਰਹੀ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਦਾ ਲਹਿਜ਼ਾ ਧਮਕੀ ਭਰਿਆ ਲੱਗਦਾ। SIT ਦੀ ਜਾਂਚ ਪੁਲਿਸ ਅਫਸਰਾਂ, ਸਿਆਸਤਦਾਨਾਂ ਤੋਂ ਹੁੰਦੀ ਹੋਈ ਡੇਰਾ ਮੁਖੀ ਤੱਕ ਜਾ ਪਹੁੰਚੀ ਹੈ ਤਾਂ SIT 'ਤੇ ਸਿਆਸੀ ਇਸਤੇਮਾਲ ਦੇ ਇਲਜ਼ਾਮ ਲਾਉਂਦਾ ਰਿਹਾ ਅਕਾਲੀ ਦਲ, ਹੁਣ ਇਸ ਮਾਮਲੇ ਨੂੰ ਚੋਣ ਕਮਿਸ਼ਨ ਦੀ ਕਚਹਿਰੀ ਤੱਕ ਲੈ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਕੁੰਵਰ ਵਿਜੇ ਪ੍ਰਤਾਪ ਨੂੰ 2 ਮਹੀਨੇ ਲਈ ਸੂਬੇ ਤੋਂ ਬਾਹਰ ਤੈਨਾਤ ਕਰਨ ਦੀ ਮੰਗ ਕੀਤੀ ਹੈ। ਕੇਂਦਰੀ ਚੋਣ ਕਮਿਸ਼ਨ ਦੇ ਨਿਰਦੇਸ਼ 'ਤੇ ਸੂਬਾ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਤੋਂ ਰਿਪੋਰਟ ਵੀ ਤਲਬ ਕੀਤੀ ਹੈ। ਹਾਂ, ਇਸ ਤਰੀਕੇ ਸ਼ਿਕਾਇਤ ਸਾਡੇ ਕੋਲ ਆ ਚੁੱਕਿਆ ਹੈ ਔਰ ਸਾਡੇ ਵੱਲੋਂ ਜਾਂਚ ਵਾਸਤੇ ਪੁਲਿਸ ਮਹਿਕਮੇ ਨੂੰ ਭੇਜ ਦਿੱਤਾ ਗਿਆ ਹੈ। ਜਿਵੇਂ ਰਿਪੋਰਟ ਆਵੇਗਾ ਫਿਰ ਉਸ ਤੋਂ ਬਾਅਦ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੈਂ ਫਾਰਵਰਡ ਕਰ ਦਾਂਗਾ, ਕਿਉਂਕਿ ਪੁਲਿਸ ਮਹਿਕਮਾ ਵੱਲੋਂ ਇੱਕ ਇਨਕੁਆਇਰੀ ਆਰਡਰ ਕੀਤੀ ਗਈ, ਸਾਡੇ ਵੱਲੋਂ ਵੀ ਲੈਟਰ ਚਲੇ ਗਏ। ਇਸ ਮਾਮਲੇ ਨੂੰ ਇੱਕ ਹੋਲਿਸਟਿਕ ਰੂਪ ਨੇ ਦੇਖਣਾ ਚਾਹੀਦਾ। ਦਰਅਸਲ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਨਾਲ ਖਾਸ ਗੱਲਬਾਤ ਦੇ ਦੌਰਾਨ SIT ਮੈਂਬਰ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੁਖਬੀਰ ਬਾਦਲ 'ਤੇ ਧਮਕਾਉਣ ਦਾ ਇਲਜ਼ਾਮ ਲਾਇਆ ਸੀ, ਜਦੋਂ ਕਿ ਸੁਖਬੀਰ ਬਾਦਲ ਦਾ ਦਾਅਵਾ ਸੀ ਕਿ ਉਹਨਾਂ ਨੂੰ SIT ਦੇ ਕਿਸੇ ਵੀ ਅਫਸਰ ਨੂੰ ਨਹੀਂ ਧਮਕਾਇਆ। ਉਹਨਾਂ ਜਿਹੜਾ ਲਹਿਜਾ ਹੈ ਨਾ, ਉਹ ਧਮਕਾਉਣ ਵਾਲਾ ਲਹਿਜਾ ਹੈ ਇੱਕ ਪਬਲਿਕ ਸਰਵੈਂਟ ਨੂੰ। ਅਸੀਂ ਤਾਂ ਦੇਖੋ ਕੇਸ ਦੀ ਤਫਤੀਸ਼ ਕਰ ਰਹੇ ਹਾਂ, ਅਤੇ ਇਸ ਕਰਕੇ ਮੈਂ ਸਮਝਦਾ ਹਾਂ ਕਿ ਇਹ ਉਹ ਸਿਰਫ ਸਾਡੀ ਟੀਮ ਨੂੰ ਡਰਾ ਰਹੇ ਨੇ, ਮੈਨੂੰ ਡਰਾ ਰਹੇ ਨੇ। ਅਸੀਂ ਨਾ ਕਿਸੇ ਅਫਸਰ ਨੂੰ ਧਮਕਾਇਆ, ਇੱਕ ਕਲੀਅਰ ਕਹੀ ਹੈ ਕਿ ਜਿਹੜੀ SIT ਹੈ ਉਹ ਗਵਰਨਮੈਂਟ ਦੇ ਕਹਿੰਦੇ ਚੱਲ ਰਹੀ ਹੈ। ਸਾਨੂੰ ਇਹਦੇ 'ਤੇ ਵਿਸ਼ਵਾਸ ਹੁਣ, ਅਸੀਂ ਸਭ ਤੋਂ ਪਹਿਲੇ ਅਸੀਂ ਗਏ ਸੀ ਉਹਨਾਂ ਕੋਲ, ਉਦੋਂ ਸਾਨੂੰ ਅਸੀਂ ਸੋਚਿਆ ਸੀ ਕਿ ਮੈਰਿਟ 'ਤੇ ਕਰਨਗੇ, ਪਰ ਹੁਣ ਤਾਂ ਮੈਰਿਟ ਦੀ ਤਾਂ ਗੱਲ ਹੀ ਹੈ ਨਹੀਂ ਨਾ। ਹੁਣ ਤਾਂ ਅਕਾਲੀ ਦਲ ਦੇ ਭਾਈਵਾਲ ਭਾਜਪਾ ਦੀ ਦਲੀਲ ਹੈ ਕਿ ਬੇਅਦ ਨੇ ਉਹਨਾਂ ਨੂੰ ਸਖ਼ਤ ਸਜ਼ਾ ਦੇ, ਉਹ ਵੀ ਹਮਾਇਤੀ ਨੇ, ਪਰ ਇਸ 'ਤੇ ਸਿਆਸਤ ਨਾ ਹੋਵੇ। ਚੋਰ ਕੀ ਦਾੜੀ ਮੈਂ ਤਿਨਕਾ, ਕਿੰਨੀ ਦੇਰ ਭੱਜ ਲੈਣਗੇ, ਇਲੈਕਸ਼ਨ ਦਾ 2 ਮਹੀਨਿਆਂ ਨੂੰ ਫਿਰ ਨਿਬੜ ਜਾਣਗੇ, ਫਿਰ ਕਿੱਧਰ ਜਾਣਗੇ। ਦੇਖੋ ਜਿਹੜਾ ਪਾਪ ਕੀਤਾ ਅਕਾਲੀਆਂ ਨੇ, ਜਿਹਨੇ ਵੀ ਕੀਤਾ ਸਾਹਿਬ, ਉਹਨੂੰ ਭੁਗਤਣਾ ਪਊਗਾ। ਅਤੇ ਜੇ ਇਹੋ ਜਿਹੇ ਆਫੀਸਰਾਂ ਨੂੰ ਆਪਾਂ ਡਰਾ ਕੇ ਅਤੇ ਉਹਨਾਂ ਦੀ ਇਨਕੁਆਇਰੀਆਂ ਜਿਹੜੀਆਂ, ਅਤੇ ਉਹਨਾਂ ਨੂੰ 2 ਮਹੀਨੇ ਲਈ ਪੰਜਾਬ 'ਚੋਂ ਬਾਹਰ ਕੱਢ ਦਿੱਤਾ ਜਾਏ, ਇਹ ਬੜੀ ਵੱਡੀ ਸੋਚਣ ਵਾਲੀ ਗੱਲ ਹੈ। ਸਿੱਖ ਕੌਮ ਨੂੰ ਇਸ ਅਕਾਲੀ ਦਲ ਦਾ ਜਿਹੜਾ ਚਿਹਰਾ ਨੰਗਾ ਹੋ ਗਿਆ। ਸੁਖਬੀਰ ਸਿੰਘ ਬਾਦਲ, ਬਾਦਲ ਦਾ ਪਰਿਵਾਰ, ਸ਼੍ਰੋਮਣੀ ਅਕਾਲੀ ਦਲ, ਬਹਿਬਲ ਕਲਾਂ ਗੋਲੀਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੇ ਵੱਡੇ ਦੋਸ਼ੀ ਨੇ। ਉਹਨਾਂ ਨੂੰ ਪਤਾ ਕਿ ਅਸੀਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨੇਗੇ, ਔਰ ਇਲੈਕਸ਼ਨ ਦੇ ਵਿੱਚ ਅਗਰ SIT ਨੇ ਫਾਈਂਡਿੰਗਸ ਦਿੱਤੀਆਂ ਜਿਹੜੀਆਂ ਕਿ ਉਹਨਾਂ ਦਾ
ਵੋਟਾਂ ਖਰਾਬ ਕਰਨਗੇ, ਸਾਰੀ ਗੱਲ ਵੋਟਾਂ ਤੇ ਘੁੰਮਦੀ ਆ। ਦੇਖੋ ਜਿਹੜਾ ਦੋਸ਼ੀ ਹੁੰਦਾ ਗਾ ਹਮੇਸ਼ਾ ਇਹ ਕਹਿੰਦਾ ਵੀ ਇਨਵੈਸਟੀਗੇਸ਼ਨ ਆਫਿਸਰ ਮਾੜਾ ਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਹੋਮ ਮਿਨਿਸਟਰ ਜਿੰਨੇ ਵੀ ਹੈਗੇ ਨੇ, ਉਹਨਾਂ ਨੇ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਘਟਨਾਵਾਂ ਕਰਾਈਆਂ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨਾਲ ਜਿਹਨੇ ਛੇੜਛਾੜ ਕੀਤੀ ਹੈ, ਭਾਰਤੀ ਜਨਤਾ ਪਾਰਟੀ ਉਹਨਾਂ ਤੋਂ ਮ੍ਰਿਤਯੂ ਦੰਡ ਦੀ ਮੰਗ ਕਰਦੀ ਹੈ। ਦੋਸ਼ੀ ਬਖਸ਼ੇ ਨਾ ਜਾਣ ਪਰ ਰਾਜਨੀਤੀ ਨਾਲ ਪ੍ਰੇਰਿਤ ਦੋਸ਼ੀ ਨਾ ਬਣਾਏ ਜਾਣ। ਸੋ ਸਵਾਲ ਸਮਾਂ, ਸਥਾਨ ਤੇ ਪਰਿਸਥਿਤੀਆਂ ਨੂੰ ਲੈ ਕੇ ਉੱਠੇ ਨੇ। ਅਕਾਲੀ ਦਲ ਅਨੁਸਾਰ SIT ਦੀ ਜਾਂਚ ਸਿਆਸਤ ਤੋਂ ਪ੍ਰੇਰਿਤ ਹੈ। ਚੋਣਾਂ ਦੌਰਾਨ SIT ਦੇ ਖੁਲਾਸਿਆਂ ਦਾ ਡਰ ਉਹਨਾਂ ਨੂੰ ਸਤਾ ਰਿਹਾ ਹੈ ਔਰ ਇਹ ਵਿਰੋਧੀਆਂ ਦੇ ਇਲਜ਼ਾਮ ਨੇ। ਸਭ ਦੀਆਂ ਦਲੀਲਾਂ ਆਪੋ ਆਪਣੀਆਂ ਨੇ, ਪਰ ਇਸ ਮਸਲੇ ਨੇ ਸਿਆਸਤ ਜ਼ਰੂਰ ਪਖਾਈ ਹੈ। ਬਿਊਰੋ ਰਿਪੋਰਟ, ਜ਼ੀ ਮੀਡੀਆ। ਮੁੱਦੇ ਕੀ ਬਾਤ 'ਚ ਅੱਜ ਇਸੇ 'ਤੇ ਵਿਚਾਰ ਚਰਚਾ ਕਰਾਂਗੇ। ਕੁਝ ਬਿੰਦੂ ਨੇ ਜਿਨ੍ਹਾਂ ਦੇ ਇਰਦ ਗਿਰਦ ਅਸੀਂ ਵਿਚਾਰ ਚਰਚਾ ਕਰਾਂਗੇ। ਸਵਾਲ ਕੁਝ ਇਸ ਤਰੀਕੇ ਨਾਲ ਨੇ ਕਿ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ SIT ਦੀ ਜਾਂਚ 'ਤੇ ਰਾਜਨੀਤੀ ਹੋ ਰਹੀ ਹੈ, ਔਰ ਦੂਸਰਾ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਜੇਕਰ ਗੱਲ ਤੁਸੀਂ ਉਸ ਸਵਾਲ ਦੀ ਕਰੀਏ ਤਾਂ ਕੀ ਰਾਜਨੀਤਿਕ ਸਾਜਿਸ਼ ਤਹਿਤ SIT ਨੂੰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਨਹੀਂ ਕਰਨ ਦਿੱਤੀ ਗਈ? ਦਰਸ਼ਕਾਂ ਤੋਂ ਸਾਡਾ ਅੱਜ ਦਾ ਸਵਾਲ ਕਿ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਤੈਨਾਤੀ ਨਾਲ ਸ਼੍ਰੋਮਣੀ ਅਕਾਲੀ ਦਲ ਪਰੇਸ਼ਾਨ ਹੈ। ਯੈਸ ਲਈ ਟਾਈਪ ਕਰ ਸਕਦੇ ਹੋ ZPHH ਸਪੇਸ ਵਾਈ, ਨੋ ਲਈ ਟਾਈਪ ਕਰ ਸਕਦੇ ਹੋ ZPHH ਸਪੇਸ ਐਨ। ਆਪਣੇ ਜਵਾਬ 5757 ਤੇ SMS ਕਰਕੇ ਭੇਜ ਸਕਦੇ ਹੋ। ਔਰ ਇਸ ਅੱਜ ਮੁੱਦੇ ਕੀ ਬਾਤ 'ਚ ਵਿਚਾਰ ਚਰਚਾ ਕਰਨ ਲਈ ਇਸ ਵਿਸ਼ੇ 'ਤੇ ਕੁਝ ਮਹਿਮਾਨ ਸਾਡੇ ਨਾਲ ਜੁੜੇ ਨੇ। ਕਾਂਗਰਸ ਤੋਂ ਰਣਜੀਤ ਸਿੰਘ ਨਿਕੜਾ ਸਾਡੇ ਨਾਲ ਜੁੜੇ ਨੇ, HS ਗਰੇਵਾਲ BJP ਤੋਂ ਸਾਡੇ ਨਾਲ ਜੁੜੇ ਨੇ, ਔਰ ਸਿੱਖ ਵਿਦਵਾਨ ਜਿਹੜੇ ਆ ਰਜਿੰਦਰ ਸਿੰਘ ਜੁੜੇ ਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ, ਕਰਨੈਲ ਸਿੰਘ ਪੀਰ ਮੁਹੰਮਦ ਅਤੇ ਰਣਜੀਤ ਸਿੰਘ ਨਿਕੜਾ, ਔਰ ਆਮ ਆਦਮੀ ਪਾਰਟੀ ਤੋਂ ਨੀਲ ਗਰਗ ਸਾਡੇ ਨਾਲ ਨੇ। ਤੁਹਾਡਾ ਸਾਰਿਆਂ ਦਾ ਇਸ ਵਿਚਾਰ ਚਰਚਾ 'ਚ ਨਵਜੋਤ ਸਿੰਘ ਧਾਲੀਵਾਲ ਵੱਲੋਂ ਜਿਹੜਾ ਸਵਾਗਤ ਹੈ। ਔਰ ਸਭ ਤੋਂ ਪਹਿਲਾਂ ਜਿਹੜਾ ਸਵਾਲ ਭਾਜਪਾ ਤੋਂ ਬਣਦਾ, ਹਾਲਾਂਕਿ ਹਾਲੇ ਗਰੇਵਾਲ ਸਾਹਿਬ ਪਹੁੰਚੇ ਨਹੀਂ ਹੈ, ਪਰ ਨਿਕੜਾ ਸਾਹਿਬ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗੇ ਕਿ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਅੱਜ ਕੇਂਦਰੀ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ, ਉਸ ਤੋਂ ਬਾਅਦ ਉਹਦੇ ਹੁਕਮਾਂ ਦੀ ਅਦੂਲੀ ਨਾ ਕਰਦਿਆਂ ਸੂਬਾ ਚੋਣ ਕਮਿਸ਼ਨ ਨੇ DGP ਤੋਂ ਰਿਪੋਰਟ ਤਲਬ ਕਰ ਲਈ ਹੈ, ਕੀ ਲੱਗਦਾ, ਕੀ ਦੇਖਦੇ ਹੋ? ਅਕਾਲੀ ਦਲ ਨੂੰ ਕਿਤੇ ਨਾ ਕਿਤੇ ਡਰ ਹੈ ਜੀ ਕਿ ਜੋ ਬੇਦਵੀ ਕਾਂਡ ਹੋਇਆ ਉਹਦੇ 'ਚ ਜੇ ਉਹ ਕਿਤੇ ਨਾ ਕਿਤੇ ਦੋਸ਼ੀ ਨੇ ਤਾਂ ਹੀ ਇਹ ਜਾਂਚ ਤੋਂ ਡਰ ਰਹੇ ਨੇ, ਤਾਂ ਹੀ ਇਸ ਜਾਂਚ ਨੂੰ ਲੇਟ ਕਰਨਾ ਚਾਹੁੰਦੇ ਨੇ। ਭਾਰਤੀ ਜਨਤਾ ਪਾਰਟੀ ਨਾਲ ਅਲਾਇੰਸ ਹੈ ਇਹਨਾਂ ਦਾ, ਹਰਿਆਣਾ 'ਚ ਇਹਨਾਂ ਦੀ ਗੌਰਮੈਂਟ ਹੈ ਭਾਰਤੀ ਜਨਤਾ ਪਾਰਟੀ ਦੀ। ਤਾਂ ਜਦੋਂ ਬਾਕੀ ਦੀਆਂ ਇਨਵੈਸਟੀਗੇਸ਼ਨ ਚੱਲ ਰਹੀਆਂ ਸੀ ਤਾਂ ਸਿਰਸੇ ਵਾਲਿਆਂ ਨੂੰ ਮਿਲਣ 'ਚ ਕਿਉਂ ਰੋਕਿਆ ਗਿਆ? ਅੱਜ 22 ਤਰੀਕ ਦੀ ਐਪਲੀਕੇਸ਼ਨ ਦਿੱਤੀ ਗਈ ਪਰਮਿਸ਼ਨ ਦੀ ਮਿਲਣ ਦੇ, ਤੁਹਾਡਾ ਮਤਲਬ ਕਿ ਸਿਆਸੀ ਸਾਜ਼ਿਸ਼ ਕਰਕੇ ਨਹੀਂ ਮਿਲਣ ਦਿੱਤਾ ਗਿਆ? ਸਿੱਟ ਬਰੰਗ ਵਾਪਸ ਆਈ, ਸਿਆਸੀਕਰਨ ਕੀਤਾ ਜਾ ਰਿਹਾ। ਹਾਂਜੀ ਹਾਂਜੀ ਬਿਲਕੁਲ, ਇਹਨਾਂ ਨੂੰ ਡਰ ਹੈ ਕਿਤੇ ਨਾ ਕਿਤੇ। ਜੇ ਨਹੀਂ ਡਰਦੇ ਤਾਂ ਜਾਂਚ ਹੋਣ ਦੇਣ, ਇਹਦੇ 'ਚ ਕਿਹੜਾ ਕੋਈ ਪ੍ਰਭਾਵਿਤ ਹੋਣਾ ਕੰਮ?
ਇਹਨਾਂ ਨੂੰ ਵੋਟ ਬੈਂਕ ਦਾ ਡਰ ਹੈ ਕਿ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਜੂ ਤੇ ਵੋਟਾਂ 'ਚ ਪਹਿਲਾਂ ਹੀ ਬੈਕਫੁੱਟ 'ਤੇ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਇਹਦੇ ਨਾਲ ਹੋਰ ਪਿੱਛੇ ਚਲਾ ਜੂ। ਠੀਕ ਹੈ, ਸੋ ਇਸ ਕਰਕੇ ਸਰਕਾਰ ਆਪਣੇ ਵੱਲੋਂ ਪੂਰਾ ਕੰਮ ਕਰ ਰਹੀ ਹੈ, ਸਿੱਟ ਆਪਣੇ ਵੱਲੋਂ ਵਧੀਆ ਕੰਮ ਕਰ ਰਹੀ ਹੈ। ਠੀਕ ਹੈ, ਨੀਲ ਗਰਗ ਹੋਰੀ ਸਾਡੇ ਨਾਲ, ਆਮ ਆਦਮੀ ਪਾਰਟੀ ਦੇ ਵਿਰੋਧੀ ਪਾਰਟੀ ਹੈ ਸੂਬੇ ਦੇ ਵਿੱਚ। ਗਰਗ ਸਾਹਿਬ, ਤੁਹਾਡੇ ਤੋਂ ਮੈਂ ਇਹ ਜਾਣਨਾ ਚਾਹੁੰਦਾ, ਜਿਸ ਤਰੀਕੇ ਨਾਲ ਨਿਕੜਾ ਹੋਰਾ ਨਿਕੇ ਹੈ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ, ਐਸ ਆਈ ਟੀ ਆਪਣਾ ਵਧੀਆ ਕੰਮ ਕਰ ਰਹੀ ਹੈ, ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਅਕਾਲੀ ਦਲ ਨੂੰ ਕਾਫ਼ੀ ਰੜਕ ਰਹੇ ਨੇ ਔਰ ਉਹਨਾਂ ਦੇ ਖਿਲਾਫ਼ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 2 ਮਹੀਨੇ ਲਈ ਬਾਹਰ ਵੀ ਲਾਇਆ ਜਾਵੇ। ਤੁਸੀਂ ਕਿੰਨਾ ਕੁ ਸੰਤੁਸ਼ਟ ਹੋ ਐਸ ਆਈ ਟੀ ਦੀ ਜਾਂਚ ਤੋਂ ਔਰ ਜੋ ਅੱਜ ਵਾਪਰਿਆ ਜੋ ਉੱਥੇ ਪੁੱਛਗਿੱਛ ਨਹੀਂ ਕਰਨ ਦਿੱਤੀ ਗਈ, ਤੁਸੀਂ ਕਿਸ ਜਾਵੀ ਤੋਂ ਦੇਖਦੇ ਹੋ, ਆਮ ਆਦਮੀ ਪਾਰਟੀ ਕਿਸ ਨਜ਼ਰੀਏ ਨਾਲ ਦੇਖਦੀ ਹੈ? ਦੇਖੋ ਜੀ, ਆਮ ਆਦਮੀ ਪਾਰਟੀ ਤੋਂ ਪਹਿਲੇ ਦਿਨ ਤੋਂ ਜਿਹੜਾ ਹੈਗਾ ਨਜ਼ਰੀਆ ਸਾਡਾ ਬੜਾ ਸਾਫ਼ ਹੈਗਾ ਕਿ ਬਰਗਾੜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ, ਕੋਟਕਪੁਰਾ ਅਤੇ ਬਹਿਬਲ ਕਲਾਂ ਕਾਂਡ ਦੇ ਵਿੱਚ ਜਿਹੜਾ ਗੋਲੀਕਾਂਡ ਹੋਇਆ ਜਿੱਥੇ 79 ਨੌਜਵਾਨ ਜਿਹੜੇ ਹੈਗੇ ਆ ਸਿੱਖ ਸ਼ਹੀਦ ਹੋਏ, ਉਹਨਾਂ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜੇ ਉਹ ਹੱਥ ਨੇ ਸਿੱਟ ਦੇ ਉਸ ਗਰੇਬਾਨ ਤੱਕ ਜਿਹੜੇ ਹੈਗੇ ਆ ਉਹ ਪਹੁੰਚਣੇ ਚਾਹੀਦੇ ਹੈਗੇ ਆ। ਜਿੱਥੋਂ ਤੱਕ ਕੁੰਵਰ ਵਿਜੇ ਪ੍ਰਤਾਪ ਦਾ ਸੰਬੰਧ ਹੈਗਾ, ਪੰਜਾਬ ਦੇ ਲੋਕ ਜਾਣਦੇ ਨੇ ਉਹ ਕਿੰਨੇ ਇਮਾਨਦਾਰ ਅਤੇ ਸਖ਼ਤ ਜਿਹੜੇ ਹੈਗੇ ਆ ਉਹ ਇੱਕ ਪੁਲਿਸ ਆਫਿਸਰ ਹੈਗੇ ਆ। ਸਾਨੂੰ ਇਸ 'ਤੇ ਪੂਰਾ ਭਰੋਸਾ ਹੈਗਾ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਕਿ ਜਿੱਥੇ ਉਹ ਦੋਸ਼ੀ ਨੂੰ ਛੱਡਣਗੇ ਨਹੀਂ ਅਤੇ ਉੱਥੇ ਕਿਸੇ ਨਿਰਦੋਸ਼ ਨੂੰ ਤੰਗ ਵੀ ਨਹੀਂ ਕਰਨਗੇ। ਇਹ ਤਾਂ ਇਹਨਾਂ ਨੂੰ ਆਪਣਾ ਪਾਲਾ ਮਾਰਦਾ, ਜਿੱਦਾਂ ਕਹਿੰਦੇ ਵੀ ਚੋਰ ਦੀ ਦਾੜੀ ਦੇ ਵਿੱਚ ਤਿਨਕਾ, ਅਤੇ ਜੇਕਰ ਇਹ ਦੋਸ਼ੀ ਨਹੀਂ ਹੈਗੇ, ਇਹ ਇਹਨਾਂ ਨੇ ਕੁਛ ਕੋ ਇਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਹੈਗੀ, ਫਿਰ ਇਹਨਾਂ ਨੂੰ ਡਰ ਕਾਹਦਾ? ਨਿਰਦੋਸ਼ ਬੰਦੇ ਨੂੰ ਕਿਸ ਚੀਜ਼ ਦਾ ਡਰ? ਉਹ ਸਾਹਮਣਾ ਕਰੇ ਕਾਨੂੰਨ ਦੇ ਮੁਤਾਬਕ ਉਹਨਾਂ ਦਾ। ਪਰ ਕਿਉਂਕਿ ਜਿਹੜਾ ਹੈਗਾ ਇਹ ਹੁਣ ਅੱਜ ਕਹਿੰਦੇ ਆ, ਇਹ ਵੀ ਸੁਣਨ ਵਿੱਚ ਆਇਆ ਕਿ ਅਕਾਲੀ ਦਲ ਬਾਦਲ ਇਹ ਕਹਿੰਦਾ ਵਾ ਕਿ ਕੁੰਵਰ ਵਿਜੇ ਪ੍ਰਤਾਪ ਜਿਹੜਾ ਹੈਗਾ ਕਾਂਗਰਸ ਦੇ ਇਸ਼ਾਰੇ ਦੇ ਉੱਤੇ ਕੰਮ ਕਰਦਾ ਆ। ਫਿਰ ਭਾਈ ਸਾਹਿਬ, ਅਕਤੂਬਰ 2015 ਦੇ ਵਿੱਚ ਇਹ ਕਾਂਡ ਹੋਇਆ, 1.5 ਸਾਲ ਦੀ ਤੁਹਾਡੀ ਸਰਕਾਰ ਸੀ, ਤੁਸੀਂ ਇਹਦਾ ਫੈਸਲਾ ਕਰ ਦਿੰਦੇ, ਤੁਸੀਂ ਉਸ ਦੀ ਜਿਹਨੇ ਕਿ ਜਾਂਚ ਕਰਾ ਦਿੰਦੇ, ਦੋਸ਼ੀਆਂ ਨੂੰ ਤੁਸੀਂ ਸਜ਼ਾ ਦੇ ਦਿੰਦੇ, ਤੇ ਫਿਰ ਅੱਜ ਤੁਸੀਂ ਕੁਐਸਚਨ ਕਿਉਂ ਉਠਾ ਰਹੇ ਹੋ? ਔਰ ਬਾਦਲ ਸਾਹਿਬ ਅਕਸਰ ਕਹਿੰਦੇ ਹੈਗੇ ਆ ਬੀਜੇਪੀ ਦਾ ਤੇ ਅਕਾਲੀ ਦਲ ਦਾ ਪਤੀ ਪਤਨੀ ਦਾ ਰਿਸ਼ਤਾ ਹੈਗਾ, 9 ਮਾਰਚ ਦਾ ਰਿਸ਼ਤਾ ਹੈਗਾ, ਤੇ ਅੱਜ ਹੋ ਸਕਦਾ ਇਸ ਦੇ ਪਿੱਛੇ ਜਿਹੜੀ ਉੱਥੇ ਉਹਨੂੰ ਜਾਂਚ ਕਰਨ ਨਹੀਂ ਦਿੱਤੀ ਗਈ, ਕਿਉਂਕਿ ਅਦਰਵਾਈਜ਼ ਹਾਈ ਕੋਰਟ ਦੇ ਜਿਹੜੇ ਡਿਸੀਜਨ ਨੂੰ ਫੈਸਲੇ ਨੂੰ ਚੈਲੰਜ ਕਰਨਾ ਕਿਸੇ ਦੇ ਵੱਸ ਦਾ ਰੋਗ ਨਹੀਂ ਹੈਗਾ, ਤੇ ਉੱਥੇ ਜੇ ਨਹੀਂ ਗਏ ਕੋਈ ਉਸ ਨੂੰ ਇਜਾਜ਼ਤ ਦਿੱਤੀ ਗਈ, ਕਿਤੇ ਨਾ ਕਿਤੇ ਹੈ। ਚਲੋ, ਗਰਗ ਸਾਹਿਬ ਰਿਸ਼ਤਾ ਹੈਗਾ, ਗਰੇਵਾਲ ਸਾਹਿਬ ਪਹੁੰਚ ਚੁੱਕੇ ਆ, ਗਰੇਵਾਲ ਸਾਹਿਬ ਹੋਰਾਂ ਤੋਂ ਇਸ ਦਾ ਜਵਾਬ ਲੈ ਲੈਂਦੇ ਆ। ਗਰੇਵਾਲ ਸਾਹਿਬ, ਪਹਿਲਾਂ ਤਾਂ ਤੁਹਾਡਾ ਵਿਚਾਰ ਚਰਚਾ ਦੇ ਵਿੱਚ ਸਵਾਗਤ ਹੈ, ਤੇ ਦੂਸਰੀ ਗੱਲ, ਸਵਾਲ ਸਭ ਤੋਂ ਪਹਿਲਾਂ ਤੁਹਾਡੇ ਤੋਂ ਬਣਦਾ ਸੀ, ਤੁਸੀਂ ਉਦੋਂ ਨਹੀਂ ਸੀ, ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਹਾਲਾਂਕਿ ਐਸ ਆਈ ਟੀ ਦੇ ਵਿੱਚ ਹੋਰ ਵੀ ਕਈ ਮੈਂਬਰ ਹੈ, ਇਕੱਲੇ ਕੁੰਵਰ ਵਿਜੇ ਪ੍ਰਤਾਪ ਹੀ ਅਕਾਲੀ ਦਲ ਨੂੰ ਕਿਉਂ ਰੜਕ ਰਹੇ ਨੇ? ਨਹੀਂ, ਤੁਸੀਂ ਪਹਿਲਾਂ ਤੋਂ ਸ਼ੁਰੂ ਤੋਂ ਗੱਲ ਸਮਝੋ ਕਿ ਅਕਾਲੀ ਦਲ ਨੂੰ ਨਹੀਂ ਰੜਕ ਰਹੇ ਔਰ ਨਾ ਹੀ ਬੀਜੇਪੀ ਨੂੰ ਰੜਕ ਰਹੇ ਆ। ਸਭ ਤੋਂ ਬੜੀ ਗੱਲ ਇਹ ਆ, ਇਹਦੇ ਪਿੱਛੇ ਮਨਸ਼ਾ ਕੀ ਆ ਉਹ ਸਮਝਣ ਦੀ ਲੋੜ ਆ। ਸਾਡੀ ਸਰਕਾਰ ਨੇ ਤਾਂ ਕੇਸ ਸੀਬੀਆਈ, ਕੀ ਮਨਸ਼ਾ ਤੁਸੀਂ ਸਮਝਾ ਦਿਓ ਗਰੇਵਾਲ ਸਾਹਿਬ, ਸੀਬੀਆਈ ਤੋਂ ਵਾਪਸ ਕਾਂਗਰਸ ਸਰਕਾਰ ਨੇ ਲਿਆ। ਇਹ ਮਨਸ਼ਾ ਹੈ ਕਿ ਇਹਨੂੰ ਰਾਜਨੀਤਿਕ ਮੰਤਵ ਦੇ ਲਈ ਇਹ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ, ਨਾ ਕਿ ਇਨਸਾਫ਼ ਦੇਣ ਦੇ ਲਈ। ਪਹਿਲੀ ਗੱਲ ਤਾਂ ਇਹ ਆ, ਤੇ ਜੇ ਇਹਨਾਂ ਨੇ ਇਨਸਾਫ਼ ਦੇਣਾ ਹੁੰਦਾ ਤਾਂ ਸੀਬੀਆਈ ਦੀ ਜਾਂਚ ਹੀ ਚੱਲਦੀ ਰਹਿੰਦੀ। ਅੱਛਾ ਗਰੇਵਾਲ ਸਾਹਿਬ, ਜੇ ਰਾਜਨੀਤਿਕ ਮੰਤਵ ਨਾਲ ਕੀਤਾ ਜਾ ਰਿਹਾ, ਫਿਰ ਐਸ ਆਈ ਟੀ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਹਮੇਸ਼ਾ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਇਕੱਲੀ? ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਇਸ਼ਾਰੇ 'ਤੇ ਕੰਮ ਕਰਦੇ ਆ,
ਔਰ ਉਹਨੂੰ ਪਬਲਿਸਿਟੀ ਆ ਚੋਣਾਂ ਦੇ ਵਿੱਚ ਜ਼ਿਆਦਾ ਦੇਣ ਅੱਜ ਵੀ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਕੇਂਦਰੀ ਚੋਣ ਕਮਿਸ਼ਨ ਦੇ ਕੋਲੇ ਉਹਦੇ 'ਚ ਵੀ ਕੁੰਵਰ ਵਿਜੇ ਪ੍ਰਤਾਪ ਦੀ ਕਿਤੇ ਬਾਹਰ ਤੈਨਾਤੀ ਦੀ ਗੱਲ ਕੀਤੀ ਗਈ ਹੈ ਕਿ 2 ਮਹੀਨੇ ਉਹਨਾਂ ਨੂੰ ਕਿਤੇ ਬਾਹਰ ਕਿਤੇ ਹੋਰ ਲਾਇਆ ਜਾਵੇ। ਇਕੱਲੀ ਕੁੰਵਰ ਵਿਜੇ ਪ੍ਰਤਾਪ ਦੀ ਹੀ ਗੱਲ ਕਿਉਂ ਆਉਂਦੀ ਹੈ? ਇਕੱਲੇ ਕੁੰਵਰ ਵਿਜੇ ਪ੍ਰਤਾਪ ਤਾਂ SIT ਦੇ ਮੈਂਬਰ ਨੇ, ਕੋਈ ਪ੍ਰਧਾਨ ਦੀ ਗੱਲ ਨਹੀਂ ਆਉਂਦੀ, ਜਿਹੜੇ ਅਗਵਾਈਕਾਰ ਆ ਉਹਦੀ ਗੱਲ ਨਹੀਂ ਆਉਂਦੀ, ਇਕੱਲੇ ਕੁੰਵਰ ਵਿਜੇ ਪ੍ਰਤਾਪ ਦੀ ਹੀ ਗੱਲ ਕਿਉਂ ਆਉਂਦੀ ਹੈ? ਔਰ ਅਸੀਂ ਇਹ ਨਹੀਂ ਕਹਿੰਦੇ ਕਿ ਅਕਾਲੀ ਦਲ ਨੂੰ ਹੀ ਕੁੰਵਰ ਵਿਜੇ ਪ੍ਰਤਾਪ ਦਿੰਦੇ ਆ, ਜੇਕਰ ਕੋਈ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਕੋਈ ਗੱਲ ਲੱਗਦੀ ਹੈ, ਕੋਈ ਤੁਸੀਂ ਉਹ ਫੈਕਟ ਦੇ ਸਕਦੇ ਹੋ ਕਿ ਪਹਿਲਾਂ ਉਹਨਾਂ ਨੇ ਕੋਈ ਜਾਂਚ ਗਲਤ ਕੀਤੀ ਹੈ ਜਾਂ ਉਹਨਾਂ ਨੇ ਅਣਦੇਖੀਆਂ ਕੀਤੀਆਂ ਨੇ? ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸੰਘਰਸ਼ ਕੀਤੇ ਆ, ਨਾ ਸ਼੍ਰੋਮਣੀ ਅਕਾਲੀ ਦਲ ਅਤੇ ਨਾ ਭਾਰਤੀ ਜਨਤਾ ਪਾਰਟੀ ਇਹਨਾਂ ਚੀਜ਼ਾਂ ਤੋਂ ਘਬਰਾਉਣ ਵਾਲੇ ਨੇ, ਨਾ ਡਰਨ ਵਾਲੇ ਨੇ। ਇਹ ਸੂਬੇ ਦੀ ਜਨਤਾ, ਦੇਸ਼ ਦੀ ਜਨਤਾ ਸਭ ਕੁਝ ਦੇਖ ਰਹੀ ਆ, ਪਰ ਅਸੀਂ ਜਿਹੜੀ ਗੱਲ ਸਾਨੂੰ ਸਮਝ ਆਉਂਦੀ ਆ ਉਹ ਸਾਹਮਣੇ ਰੱਖਣਾ ਜ਼ਰੂਰੀ ਹੁੰਦਾ। ਔਰ ਦੂਸਰਾ ਜਿਹੜਾ ਹੈਗਾ, ਇਹ ਗੱਲ ਸਮਝ ਚੁੱਕੇ ਆ ਕਿ ਜਦੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਔਰ ਬਾਦਲ ਫੈਮਿਲੀ ਦਾ ਚਿਹਰਾ ਨਹੀਂ ਖਰਾਬ ਕਰਾਂਗੇ, ਉਦੋਂ ਤੱਕ ਅਕਾਲੀ ਭਾਜਪਾ ਗਠਬੰਧਨ ਇੱਥੋਂ ਨਹੀਂ ਹਾਰੇਗਾ। ਇਹ ਉਸੇ ਮੰਤਵ ਦੇ ਨਾਲ ਜਿੰਨੀਆਂ ਵਿਰੋਧੀ ਪਾਰਟੀਆਂ ਨੇ ਉਹ ਗਰੇਵਾਲ ਸਾਹਿਬ ਚਿਹਰਾ ਫਿਰ ਤੁਸੀਂ ਆਪ ਠੀਕ ਕਰ ਲੈਂਦੇ, ਤੁਸੀਂ ਆਪ ਕਮਿਸ਼ਨ, ਤੁਹਾਡੀ ਜਦੋਂ ਸਰਕਾਰ ਸੀ 10 ਸਾਲ, ਤੁਸੀਂ ਆਪ ਜ਼ੋਰਾ ਸਿੰਘ ਕਮਿਸ਼ਨ ਗਠਨ ਕੀਤਾ, ਉਹਦੀ ਬੇਅਦਬੀ ਹੋਈ, ਉਹਨਾਂ ਦੀ ਰਿਪੋਰਟ ਨਹੀਂ ਕਿਸੇ ਲਈ, 8-9 ਘੰਟੇ ਦਫ਼ਤਰ ਦੇ ਬਾਹਰ ਚੱਕਰ ਮਾਰ ਕੇ ਵਾਗੇ, ਨਾ ਮੁੱਖ ਮੰਤਰੀ ਸੀ, ਨਾ ਪ੍ਰਿੰਸੀਪਲ ਸੈਕਟਰੀ, ਨਾ ਚੀਫ ਸੈਕਟਰੀ, ਕਿਸੇ ਨੇ ਰਿਪੋਰਟ ਨਹੀਂ ਲਈ। ਉਸ ਤੋਂ ਬਾਅਦ ਫਿਰ 1.5 ਸਾਲ ਦਾ ਸਮਾਂ ਸੀ, ਤੁਸੀਂ SIT ਦੇ ਜ਼ਰੀਏ ਉਹਦੀ ਕੋਈ ਤਣਪੱਤਣ ਲਾ ਲੈਂਦੇ ਬੇੜੀ, ਉਹ ਵੀ ਨਹੀਂ ਲਾਈ ਗਈ। ਜੇ ਹੁਣ ਕੋਈ ਦੂਸਰੀ ਸਰਕਾਰ ਨੇ ਆ ਕੇ ਬਣਾਈ ਹੈ, ਕਮਿਸ਼ਨ 'ਤੇ ਵੀ ਸਵਾਲ ਨੇ, SIT 'ਤੇ ਵੀ ਸਵਾਲ ਨੇ, ਫਿਰ ਇੱਦਾਂ ਸਾਨੂੰ ਕਿਸੇ 'ਤੇ ਤਾਂ ਵਿਸ਼ਵਾਸ ਕਰਨਾ ਪਵੇਗਾ ਨਾ। ਹੁਣ ਅਸੀਂ ਗੱਲ ਕਹਿੰਦੇ ਕਿ ਸੁਪਰੀਮ ਕੋਰਟ ਤੋਂ ਜਾਂਚ ਹੋਵੇ, CBI ਤੋਂ ਜਾਂਚ ਹੋਵੇ, ਉਦੋਂ ਆਪ ਤੁਸੀਂ ਖੁਦ ਕਮਿਸ਼ਨ ਗਠਨ ਕਰ ਰਹੇ ਹੋ, ਖੁਦ SIT ਬਣਾ ਰਹੇ ਹੋ। ਨਹੀਂ, CBI ਨੂੰ ਤਾਂ ਆਪ ਦਿੱਤੀ ਹੋਈ ਸੀ, CBI ਨੂੰ ਤਾਂ ਜਾਂਚ ਵਾਪਸ ਲਈ ਹੈ ਇਹਨਾਂ ਨੇ, ਅਤੇ ਇਹ ਪੰਜਾਬ ਸਰਕਾਰ ਨੇ ਲਈ ਹੈ। ਔਰ ਵਿਧਾਨ ਸਭਾ 'ਚ ਇਹਨਾਂ ਨੇ ਇੱਕ ਪਾਸੜ ਰੌਲਾ ਪਾ ਕੇ ਸ਼ੋਰ ਸ਼ਰਾਬਾ ਕਰਕੇ ਉਹ ਸਭ ਕੁਝ ਕੀਤਾ, ਔਰ ਉਸ ਨੂੰ ਲਾਈਵ ਦਿਖਾਇਆ ਗਿਆ, ਨਹੀਂ ਤਾਂ ਵਿਧਾਨ ਸਭਾ ਦੇ ਸੈਸ਼ਨ 'ਚ ਪਹਿਲਾਂ ਕਦੇ ਇਸ ਤਰ੍ਹਾਂ ਲਾਈਵ ਦਿਖਾਇਆ ਨਹੀਂ ਸੀ ਜਾਂਦਾ। ਉਸ ਤੋਂ ਸਾਰੀਆਂ ਚੀਜ਼ਾਂ ਸਮਝ ਆ ਰਹੀਆਂ ਨੇ, ਇਹਨਾਂ ਦੀ ਮਨਸ਼ਾ ਸਮਝ ਆ ਰਹੀ ਹੈ, ਔਰ ਇਹਨੂੰ ਲੰਬਾ ਕਰਦੇ ਜਾਣਾ ਹੋਰ ਮਨਸ਼ਾ ਸਮਝ ਆ ਰਹੀ ਹੈ। ਇਹ ਤਾਂ ਅਕਾਲੀ ਦਲ ਨੂੰ ਔਰ ਬਦਨਾਮ ਕਰਨ ਦੀ ਕੋਸ਼ਿਸ਼ ਹੈਗੀ ਹੈ ਸਾਡੀ ਅਕਾਲੀ ਭਾਜਪਾ ਸਰਕਾਰ ਨੂੰ। ਚਲੋ ਗਰੇਵਾਲ ਸਾਹਿਬ, ਮੈਂ ਤੁਹਾਡੇ ਤੋਂ ਸਵਾਲ ਲਊਂਗਾ, ਨਿਕਟਾ ਜੀ ਨੇ ਸਭ ਤੋਂ ਪਹਿਲਾਂ ਇਹ ਜਵਾਬ ਦਿੱਤਾ ਸੀ ਕਿ ਸਿਆਸੀ ਸਾਜ਼ਿਸ਼ ਹੈ, ਵੀ ਉਹਦੇ ਕਰਕੇ ਜਿਹੜਾ ਹੈ ਅੱਜ SIT ਨੂੰ ਕਵਰ ਵਿਜੇ SIT ਜਿਹੜੀ ਹੈ ਉਹਨਾਂ ਨੂੰ ਰਾਮ ਰਹੀਮ ਹੋਰਾਂ ਤੋਂ ਜਿਹੜਾ ਹੈ ਪੁੱਛਗਿੱਛ ਨਹੀਂ ਕਰਨ ਦਿੱਤੀ ਗਈ। ਤੁਹਾਡੇ ਤੋਂ ਮੈਂ ਇਸ ਸਵਾਲ ਦਾ ਜਵਾਬ ਜ਼ਰੂਰ ਲਊਂਗਾ, ਪਰ ਪੀਰ ਮੁਹੰਮਦ ਸਾਹਿਬ ਹੋਰਾਂ ਤੋਂ ਮੈਂ ਜਾਣਨਾ ਚਾਹੂੰਗਾ ਕਿ ਜਿਸ ਪਾਰਟੀ ਦੇ ਵਿੱਚ ਉਹ ਨੇ, ਉਸ ਪਾਰਟੀ ਦੇ ਜਿਹੜੇ ਅਗਵਾਈਕਾਰ ਨੇ, ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ ਜਦੋਂ 10 ਸਾਲ ਸਰਕਾਰ ਰਹੀ ਸੀ, ਅਤੇ ਹੁਣ ਭਾਵੇਂ ਉਹ ਵੱਖਰੇ ਨੇ ਅਤੇ ਵੱਖਰੀ ਆਪਣੀ ਇੱਕ ਸੋਚ ਨਾਲ ਚੱਲ ਰਹੇ ਆ। ਪੀਰ ਮੁਹੰਮਦ ਸਾਹਿਬ, ਅੱਜ ਜੋ ਕੁਝ ਵਾਪਰਿਆ, ਜਿਸ ਤਰੀਕੇ ਨਾਲ SIT ਨੇ ਪਹਿਲਾਂ ਇਜਾਜ਼ਤ ਲਈ, ਅਦਾਲਤ ਤੋਂ ਇਜਾਜ਼ਤ ਮਿਲ ਗਈ, ਪਰ ਜਿਹੜਾ ਪ੍ਰਸ਼ਾਸਨਿਕ ਤੌਰ 'ਤੇ ਹਰਿਆਣੇ ਦੇ ਵਿੱਚ ਜਾਣਾ ਸੀ, ਉੱਥੋਂ ਇਜਾਜ਼ਤ ਲੈਣੀ ਜ਼ਰੂਰੀ ਸੀ, ਪਰ ਉਹ ਨਹੀਂ ਮਿਲੀ, ਕੀ ਇਸ ਨੂੰ ਵਾਕਈ ਸਿਆਸੀ ਰੰਜਿਸ਼ ਦੇ ਤਹਿਤ ਦੇਖਿਆ ਜਾ ਸਕਦਾ? ਬਿਲਕੁਲ, ਇਹ ਇੱਕ ਰਾਜਸੀ ਡਰਾਮੇਬਾਜ਼ੀ ਹੋ ਰਹੀ ਹੈ, ਔਰ ਪੰਜਾਬ ਦੀ ਜਨਤਾ ਦੇ ਨਾਲ ਤੇ ਸਮੁੱਚੀ ਸਿੱਖ ਕੌਮ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ ਅਕਾਲੀ ਦਲ ਬਾਦਲ ਦੇ ਨਾਲ ਮਿਲੀ ਭੁਗਤ ਦੇ ਨਾਲ। ਔਰ ਅਕਾਲੀ ਦਲ ਬਾਦਲ ਜਿਹੜਾ ਹੈ ਉਹ BJP ਨਾਲ ਸਾਂਝ ਰੱਖਦਾ, ਇਸ ਕਰਕੇ ਸੈਂਟਰ ਤੋਂ ਉਹ ਦਬਾਅ ਪਵਾ ਰਿਹਾ ਹੈ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਕਿਸੇ ਨਾ ਕਿਸੇ ਤਰੀਕੇ ਨਾਲ SIT ਤੋਂ ਲਾਂਭੇ ਹੋ ਜਾਣ, ਕਿਉਂਕਿ ਉਹ ਇੱਕ ਇਮਾਨਦਾਰ ਅਫੀਸਰ ਨੇ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸਾਰੀ ਹੁਣ ਤੱਕ ਦੀ ਜਾਂਚ ਕੀਤੀ ਹੈ।
ਔਰ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਮੇਰੇ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਹੁਣ ਜਦੋਂ ਚੋਣ ਕਮਿਸ਼ਨ ਦੇ ਕੋਲ ਅਕਾਲੀ ਦਲ ਵੱਲੋਂ ਇਸ ਤਰ੍ਹਾਂ ਦੀ ਪਹੁੰਚ ਕਰਨੀ, ਇਹ ਸਾਬਤ ਕਰਦਾ ਹੈ ਕਿ ਇਸ ਜਾਂਚ ਨੂੰ ਲਟਕਾਉਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਰਲ ਮਿਲ ਕੇ ਰਚੀਆਂ ਜਾ ਰਹੀਆਂ। ਇੱਥੋਂ ਤੱਕ ਕਿਹਾ ਜਾ ਰਿਹਾ ਕਿ ਚਾਚੇ ਭਤੀਜੇ ਦੀ ਜਿਹੜੀ ਇੱਕ ਸਾਂਝ ਹੈ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਉਹ ਅੱਜ ਜੱਗ ਜ਼ਾਹਰ ਹੋ ਚੁੱਕੀ ਹੈ। ਔਰ ਲੋਕ ਇਹ ਵੀ ਕਹਿਣ ਲੱਗ ਪਏ ਆ ਕਿ ਕਾਂਗਰਸ ਅਤੇ ਬਾਦਲ ਅਕਾਲੀ ਦਲ ਦੀ ਸਾਂਝੀ ਸਰਕਾਰ ਹੈ, ਇਹ ਜਿਹੜੀ ਸਰਕਾਰ ਪੰਜਾਬ ਸਰਕਾਰ ਇਸ ਵਕਤ ਚੱਲ ਰਹੀ ਹੈ ਸੁਨਾਰੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਰਾਮ ਰਹੀਮ, ਉੱਥੋਂ ਤੱਕ ਪਹੁੰਚ ਕਿਉਂ ਕਰਨੀ ਪਈ ਐਸ ਆਈ ਟੀ ਨੂੰ, ਉੱਥੋਂ ਪੁੱਛਗਿੱਛ ਕਰਨ ਦੇ ਲਈ ਕਿਉਂ ਅਪਰੋਚ ਕਰਨੀ ਪਈ? ਤੁਸੀਂ ਦੇਖੋ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਉਹ ਸਰਕਾਰ ਨੇ ਅਲਾਓ ਹੀ ਨਹੀਂ ਕੀਤਾ ਕਿ ਐਸ ਆਈ ਟੀ ਜਾ ਕੇ ਉੱਥੇ ਜਾਂਚ ਕਰ ਸਕੇ, ਜਦੋਂ ਕਿ ਇਹ ਸਾਰਾ ਮਸਲਾ ਜਿਹੜਾ ਹਾਈ ਕੋਰਟ ਦੇ ਵਿੱਚ ਵੀ ਗਿਆ ਹੈ, ਹਾਈ ਕੋਰਟ ਦੀ ਡਾਇਰੈਕਸ਼ਨਾਂ ਦੇ ਨਾਲ ਹੀ ਐਸ ਆਈ ਟੀ ਬਣੀ ਹੈ, ਔਰ ਸਾਰਾ ਕੁਝ ਬਿਲਕੁਲ ਤੁਹਾਡੇ ਸਾਹਮਣੇ ਆ ਕਿ ਅੱਜ ਜਿਹੜਾ ਅਸਲ ਪੁਆੜੇ ਦੀ ਜੜ੍ਹ ਹੈਗੀ ਹੈ ਉਹ ਗੁਰਮੀਤ ਰਾਮ ਰਹੀਮ ਹੈ, ਜਿਸ ਨੂੰ ਮਾਫ਼ੀ ਦਿੱਤੀ ਗਈ। ਮਾਫ਼ੀ ਦੇਣ ਲਈ ਜੋ ਅਕਾਲੀ ਦਲ ਬਾਦਲ ਨੇ ਭੂਮਿਕਾ ਨਿਭਾਈ, ਉਹਦੇ ਵਿੱਚ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟੜ ਜੀ, ਉਹਨਾਂ ਦੇ ਘਰ ਬੈਠ ਕੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ। ਤੁਸੀਂ ਵੀਡੀਓ ਫੁਟੇਜ ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਦੇ ਵਿੱਚ ਹੀ ਬੈਠੇ ਸਨ ਜਦੋਂ ਤੋਂ ਇਹ ਗੱਲ ਜਦੋਂ ਸ਼ੁਰੂ ਹੋਈ ਸੀ ਮਾਫ਼ੀਨਾਮੇ ਦੀ। ਉਸ ਤੋਂ ਬਾਅਦ ਫਿਰ ਕਦੇ ਕਹਿਣ ਲੱਗ ਪਏ ਕਿ ਜਿਹੜੇ ਉਹ ਅਕਸ਼ੇ ਕੁਮਾਰ ਨੇ ਫਿਲਮੀ ਐਕਟਰ ਉਹਨਾਂ ਦੇ ਘਰ ਬੈਠ ਕੇ ਮੋਬਾਈਲ ਦੇ ਵਿੱਚ ਗੱਲਬਾਤ ਹੋਈ। ਚਲੋ ਇਹਨਾਂ ਚੀਜ਼ਾਂ ਦਾ ਜਵਾਬ ਠੀਕ ਹੈ, ਤੁਸੀਂ ਕਿਹਾ ਗਰੇਵਾਲ ਸਾਹਿਬ ਤੋਂ ਲਵਾਂਗੇ ਬੀਜੇਪੀ ਦੀ, ਪਰ ਸਿੱਖ ਵਿਦਵਾਨ ਵੀ ਸਾਡੇ ਦਰਮਿਆਨ ਨੇ ਰਜਿੰਦਰ ਸਿੰਘ ਖਾਲਸਾ ਜੀ, ਜਿਹੜਾ ਪੂਰਾ ਮਾਮਲਾ ਤੁਸੀਂ ਹੁਣ ਤੱਕ ਦੇਖਿਆ, ਤੁਸੀਂ ਆਪਣੇ ਨਜ਼ਰੀਏ ਤੋਂ ਇਸ ਨੂੰ ਕਿਵੇਂ ਦੇਖਦੇ ਹੋ ਜਿਹੜਾ ਹੁਣ ਤੱਕ ਵਾਪਰਿਆ ਅੱਜ ਤੱਕ ਦਾ, ਜਿਹੜਾ ਐਸ ਆਈ ਟੀ ਨੂੰ ਉੱਥੇ ਤੱਕ ਜਾਣ ਨਹੀਂ ਦਿੱਤਾ ਗਿਆ? ਦੇਖੋ ਅਸਲ ਦੇ ਵਿੱਚ ਨਾ ਜਿਵੇਂ ਤੁਸੀਂ ਕਿਹਾ ਇਹਨੂੰ ਪੂਰੇ ਨੂੰ ਵੇਖਣਾ ਪਏਗਾ। ਚੋਣਾਂ ਹੁਣ ਆਈਆਂ ਨੇ, ਬਿਲਕੁਲ ਪਹਿਲਾਂ ਤੇ ਚੋਣਾਂ ਨਹੀਂ ਸੀ। ਅਕਾਲੀ ਦਲ ਸਰਕਾਰ ਨੇ ਆਪ ਜ਼ੋਰਾ ਸਿੰਘ ਕਮਿਸ਼ਨ ਬਣਾਇਆ, ਉਹਦੀ ਰਿਪੋਰਟ ਜਾਰੀ ਨਹੀਂ ਕੀਤੀ, ਰਿਪੋਰਟ ਲਈ ਨਹੀਂ। ਜ਼ੋਰਾ ਸਿੰਘ ਕਮਿਸ਼ਨ, ਚਲੋ ਰਿਪੋਰਟ ਤੇ ਉਹ ਆਪਣੇ ਵੱਲੋਂ ਦਿਆ ਆ, ਇਹਨਾਂ ਨੇ ਰਿਪੋਰਟ ਜਿਹੜੀ ਹੈ ਉਹ ਜਿਸ ਤਰ੍ਹਾਂ ਉਹਦੇ ਕੋਲ ਲੈਣੀ ਚਾਹੀਦੀ ਸੀ, ਆਪ ਆ ਕੇ ਜਾਂ ਉਹਨੂੰ ਅੰਦਰ ਬੁਲਾ ਕੇ ਸਤਿਕਾਰ ਨਾਲ, ਉਹ ਨਹੀਂ ਲਈ, ਵਿਚਾਰਾ ਬਾਹਰ ਬੈਠਾ ਰਿਹਾ ਤੇ ਬਾਅਦ ਦੇ ਵਿੱਚ ਉੱਥੇ ਰਿਪੋਰਟ ਛੱਡ ਕੇ ਆ ਗਿਆ। ਰਿਪੋਰਟ ਤੇ ਸਰਕਾਰ ਕੋਲ ਪਹੁੰਚ ਗਈ ਪਰ ਇਹਨਾਂ ਨੇ ਰਿਪੋਰਟ ਜਿਹੜੀ ਹੈ ਜਾਰੀ ਨਹੀਂ ਕੀਤੀ। ਰਣਜੀਤ ਸਿੰਘ ਕਮਿਸ਼ਨ ਬਣਿਆ, ਪਹਿਲੇ ਦਿਨ ਤੋਂ ਇਹਨਾਂ ਨੇ ਉਹਨੂੰ ਕੋਪਰੇਟ ਨਹੀਂ ਕੀਤਾ। ਕੀ ਕਾਰਨ ਹੈ? ਇਹ ਨਹੀਂ ਚਾਹੁੰਦੇ ਕਿ ਸਚਾਈ ਲੋਕਾਂ ਦੇ ਸਾਹਮਣੇ ਆਵੇ? ਅਗਰ ਇਹਨਾਂ ਦੇ ਮਨ ਦੇ ਵਿੱਚ ਪਾਪ ਨਹੀਂ ਸੀ ਤੇ ਇਹਨਾਂ ਨੂੰ ਚਾਹੀਦਾ ਸੀ ਪਹਿਲੇ ਦਿਨ ਕੋਪਰੇਟ ਕਰਦੇ ਰਣਜੀਤ ਸਿੰਘ ਕਮਿਸ਼ਨ ਨੂੰ ਕਿ ਅਸੀਂ ਚਾਹੁੰਦੇ ਹਾਂ ਸਚਾਈ ਲੋਕਾਂ ਦੇ ਸਾਹਮਣੇ ਆਵੇ ਤੇ ਉਹਦੇ ਵਿੱਚ ਸਹਿਯੋਗ ਕਰਦੇ। ਉਹਦੇ ਬਾਅਦ ਜਦੋਂ ਦੀ ਸਿੱਟ ਬਣੀ ਹੈ ਉਦੋਂ ਦਾ ਇਹਨਾਂ ਫਿਰ ਸਹਿਯੋਗ ਨਹੀਂ ਕੀਤਾ। ਇੱਥੇ ਬਿਲਕੁਲ ਨਾਲ ਹੀ ਨਾਲ ਮੈਂ ਜਿਹੜਾ ਕੈਪਟਨ ਸਰਕਾਰ ਦੇ ਬਾਰੇ ਵੀ ਗੱਲ ਕਰਨਾ ਚਾਹਾਂਗਾ। ਕਾਹਦੇ ਲਈ ਇਹਨਾਂ ਗੱਲ ਨੂੰ ਲਟਕਾਇਆ ਗਿਆ, ਕਿਸ ਵਾਸਤੇ? ਅੱਜ ਜਿਸ ਇਹ ਦੋ ਗੱਲਾਂ ਜ਼ਰਾ ਧਿਆਨ ਦੇਣਾ ਜੀ, ਜੇ ਰਾਮ ਰਹੀਮ ਕੋਲੋਂ ਪੁੱਛ ਪੜਤਾਲ ਹੁੰਦੀ ਹੈ ਤੇ ਉਹਦਾ ਸਿਆਸਤ ਨਾਲ ਕੀ ਲਿੰਕ ਹੈ? ਇਹ ਕਹਿੰਦੇ ਨੇ ਸਿਆਸੀ ਗੇਮ ਖੇਡੀ ਜਾ ਰਹੀ ਹੈ, ਇਹਨਾਂ ਦੇ ਅੰਦਰ ਪਾਪ ਹੈ, ਸਮਝਦੇ ਨੇ ਕਿ ਰਾਮ ਰਹੀਮ ਕੋਲੋਂ ਪੁੱਛ ਗਿੱਛ ਹੋਏਗੀ ਤੇ ਸਾਡਾ ਨਾਂ ਬਾਹਰ ਆ ਜਾਏਗਾ, ਇਹਨਾਂ ਨੂੰ ਡਰ ਹੈ ਇਸ ਗੱਲ ਦਾ, ਤਾਂ ਕਰਕੇ ਨਹੀਂ ਪੁੱਛ ਗਿੱਛ ਹੋਣ ਦੇਣਾ ਚਾਹੁੰਦੇ।
ਨਾਲੇ ਰਾਮ ਰਹੀਮ ਕੋਲ ਪੁੱਛ ਗਿੱਛ ਅੱਜ ਜਿਹੜੀ ਹੋਣ ਵਾਲੀ ਗੱਲ ਹੋ ਰਹੀ ਹੈ ਇਹਦੇ ਜਿਸ ਵੇਲੇ ਰਾਮ ਰਹੀਮ ਦੇ ਬੰਦੇ ਪੰਜ ਫੜੇ ਗਏ ਕਿ ਇਹਨਾਂ ਨੇ ਕੀਤਾ ਉਦੋਂ ਹੀ ਉਹਦੀ ਪੁੱਛ ਗਿੱਛ ਹੋਣੀ ਚਾਹੀਦੀ ਸੀ। ਇਸ ਗੱਲ ਨੂੰ ਕੈਪਟਨ ਸਰਕਾਰ ਨੇ ਵੀ ਕਿਉਂ ਇਹਨਾਂ ਲਟਕਾਇਆ, ਸਿੱਟ ਨੇ ਵੀ ਇਹਨਾਂ ਕਿਉਂ ਲਟਕਾਇਆ। ਇਸੇ ਦੇ ਕਰਕੇ ਜਿਹੜਾ ਐਸ ਆਈ ਟੀ ਨੂੰ ਉੱਥੇ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਕਿ ਕਿਤੇ ਨਾਮ ਨਾ ਜੱਗ ਜ਼ਾਹਰ ਹੋ ਜਾਣ। ਦੇਖੋ ਇਸ ਤਰ੍ਹਾਂ ਦੀ ਗੱਲ ਆ ਕਿ ਪਹਿਲੀ ਗੱਲ ਤਾਂ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਉਹ ਬੜੀ ਬੇਮਾਨੀ ਆ। ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਦੀ ਸਰਕਾਰ, ਮਨੋਹਰ ਲਾਲ ਖੱਟਰ ਜੀ ਦੀ ਸਰਕਾਰ ਨੇ ਹੀ ਰਾਮ ਰਹੀਮ ਨੂੰ ਜੇਲ੍ਹ ਭੇਜਿਆ। ਉਹਨਾਂ ਦੇ ਉੱਪਰ ਪੂਰੀ ਤਰ੍ਹਾਂ ਕਾਰਵਾਈ ਕੀਤੀ ਗਈ, ਜੋ ਜੁਰਮ ਉਹਨਾਂ ਨੇ ਕੀਤੇ ਸੀ ਉਹਨਾਂ ਦੀ ਸਜ਼ਾ ਉਹਨਾਂ ਨੂੰ ਦਬਾਉਣ ਦੇ ਵਿੱਚ ਉਸ ਸਰਕਾਰ ਦਾ ਪੂਰਾ ਹੱਥ ਸੀ ਔਰ ਬੜੀ ਸਖਤੀ ਨਾਲ ਕੰਮ ਲਿਆ ਗਿਆ। ਪਰ ਜਿੱਥੇ ਇੱਕ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ, ਜੇਲ੍ਹ ਦਾ ਆਪਣੇ ਹੈਗੇ ਆ, ਉਹਦੇ 'ਚ ਸਰਕਾਰਾਂ ਇੰਟਰਫੇਅਰ ਨਹੀਂ ਕਰਦੀਆਂ, ਅਤੇ ਉੱਥੇ ਜਦੋਂ ਉਸ ਉਹਨਾਂ ਨੇ ਕਿਹਾ ਵੀ ਉੱਥੋਂ ਪੂਰੀ ਪਰਮਿਸ਼ਨ ਲੈ ਕੇ ਆਓ, ਉਹਦੇ ਕਾਨੂੰਨ ਦੇ ਮੁਤਾਬਕ ਆਓ, ਇਸ ਤਰ੍ਹਾਂ ਨਹੀਂ ਹੋਏਗਾ। ਜੇਲ੍ਹ ਪ੍ਰਸ਼ਾਸਨ ਪਰ ਉਹਨਾਂ ਦਾ 28 ਤਰੀਕ ਦੀ ਪਰਮਿਸ਼ਨ ਮੰਗੀ ਹੋਈ ਹੈ, 28 ਮਾਰਚ ਦੀ ਇਜਾਜ਼ਤ ਮੰਗੀ ਹੋਈ ਹੈ, ਅੱਜ 2 ਅਪ੍ਰੈਲ ਹੈ, ਇੰਨੇ ਦਿਨ ਵਿੱਚ ਨੇ, ਅਤੇ ਪਰਮਿਸ਼ਨ ਲੈਣ ਨੂੰ ਕੀ ਹੈ ਇੱਕ ਸਾਈਨ ਹੀ ਕਰਨੇ ਆ, ਉਹਦੇ ਵਿੱਚ ਕਿੰਨਾ ਕੁ ਸਮਾਂ ਲੱਗ ਸਕਦਾ, ਇੱਕ ਪ੍ਰਕਿਰਿਆ ਹੀ ਹੈ, ਵੱਧ ਤੋਂ ਵੱਧ ਇੱਕ ਦਿਨ ਲੱਗ ਜਾਵੇਗਾ। ਨਹੀਂ ਨਹੀਂ ਉਹ ਪ੍ਰਸ਼ਾਸਨ ਦੀ ਆਪਣੀ ਪ੍ਰਸ਼ਾਸਨਿਕ ਪ੍ਰਕਿਰਿਆ, ਉਹਦੇ 'ਚ ਭਾਰਤੀ ਜਨਤਾ ਪਾਰਟੀ ਨੂੰ ਦੋਸ਼ੀ ਠਹਿਰਾਉਣਾ ਜਾਂ ਸ਼੍ਰੋਮਣੀ ਅਕਾਲੀ ਦਲ 'ਤੇ ਇਲਜ਼ਾਮ ਲਗਾਉਣੇ, ਇਹ ਕੋਈ ਖਾਸ ਗੱਲ ਨਹੀਂ ਹੈ। ਉਹ ਤਾਂ ਪੁੱਛਗਿੱਛ ਹੋਣੀ ਆ, 2 ਦਿਨ ਬਾਅਦ ਪੇਪਰ ਪੂਰੇ ਕਰਨ ਤੋਂ ਬਾਅਦ, ਉਹ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜੋ ਸਰਕਾਰ ਨੇ ਤੈਅ ਕੀਤੇ ਹੋਏ ਨਿਯਮ ਨੇ, ਅਤੇ ਉਹ 2-4 ਦਿਨ ਬਾਅਦ ਹੋ ਜਾਣੀ ਆ, ਉਹਦੇ 'ਚ ਕੀ ਫਰਕ ਪੈਣਾ, ਉਹਦੇ 'ਚ ਕੁਛ ਬਦਲ ਜਾਣਾ ਉੱਥੇ? ਐਸੀ ਕੋਈ ਗੱਲ ਨਹੀਂ ਹੈ। ਇਹ ਸਰਕਾਰ ਦੇ ਚਲੋ ਗਰੇਵਾਲ ਸਾਹਿਬ, ਮੈਂ ਇੱਕ ਗੱਲ ਪੁੱਛਦਾ, ਪੁੱਛਗਿੱਛ ਕਰਨਾ ਕੋਈ ਗੁਨਾਹ ਨਹੀਂ? ਜੇ ਕੋਈ ਐਸ ਆਈ ਟੀ ਕਿਸੇ ਸਰਕਾਰ ਨੇ ਬਣਾਈ ਹੈ, ਸਰਕਾਰ ਕੋਈ ਛੋਟੀ ਮੋਟੀ ਗੱਲ ਤਾਂ ਨਹੀਂ ਜਿਹਨੇ ਸੂਬਾ ਚਲਾਉਣਾ। ਕਿ ਅਗਲੇ ਦਿਨਾਂ ਦੇ ਵਿੱਚ ਤੁਹਾਡੀ ਪਾਰਟੀ ਹੈ ਉੱਥੇ, ਉਹਨਾਂ ਦੀ ਸਰਕਾਰ ਹੈ ਉੱਥੇ, ਕੀ ਆਉਂਦੇ ਦਿਨਾਂ ਦੇ ਵਿੱਚ ਪੁੱਛਗਿੱਛ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ ਕਿ ਨਹੀਂ? ਦੇਖੋ ਜਦੋਂ ਉਹ ਪ੍ਰਕਿਰਿਆ ਜਿਹੜੀ ਗੌਰਮੈਂਟ ਨੇ ਤੈਅ ਕੀਤੀ ਹੋਈ ਹੈ, ਰੂਲਸ ਐਂਡ ਰੈਗੂਲੇਸ਼ਨ ਨੇ, ਉਸ ਨੂੰ ਪੂਰਾ ਕਰ ਲੈਣਗੇ ਤਾਂ ਉਸ ਤੋਂ ਬਾਅਦ ਪਰਮਿਸ਼ਨ ਤਾਂ ਮਿਲਣੀ ਹੈ। ਉਹ ਇਹਨਾਂ ਦੀ ਕਮੀ ਹੈ ਸਿੱਟ ਦੀ, ਕਿ ਇਹਨਾਂ ਨੇ ਪੂਰਾ ਨਹੀਂ ਕੀਤਾ, ਜਾਂ ਪੰਜਾਬ ਸਰਕਾਰ ਦੀ ਕਮੀ ਹੈ? ਇੱਥੇ ਬਹੁਤ ਸਾਰੀਆਂ ਕਮੀਆਂ ਰਹਿੰਦੀਆਂ ਨੇ, ਇਹਨਾਂ ਦੇ ਐਡਵੋਕੇਟ ਜਨਰਲ ਕਿੰਨੀਆਂ ਕਮੀਆਂ ਕਰਦੇ ਨੇ, ਕਦੇ ਟੀਚਰਸ ਦੀ ਗੱਲ ਆਉਂਦੀ ਆ ਉੱਥੇ ਉਹਨਾਂ ਦੇ ਪੇਪਰ ਪੂਰੇ ਨਹੀਂ ਹੁੰਦੇ, ਕਮੀਆਂ ਆਉਂਦੀਆਂ ਨੇ, ਕਿਤੇ ਹੋਰ ਕੋਈ ਗੱਲ ਆਉਂਦੀ ਆ ਉੱਥੇ ਕਮੀਆਂ ਆਉਂਦੀਆਂ ਨੇ, ਆਪਣੇ ਐਡਵੋਕੇਟ ਜਨਰਲ ਨੂੰ ਦਾ ਸੁਧਾਰ ਕਰਨ। ਪੰਜਾਬ ਸਰਕਾਰ, ਪੰਜਾਬ ਦੀ ਕਾਂਗਰਸ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਦਾ ਸੁਧਾਰ ਕਰੇ ਕਿ ਉਹ ਪੇਪਰ ਪੂਰੇ ਕਰੇ, ਇਹ ਉਹਨਾਂ ਦੀ ਗਲਤੀ ਆ, ਇਹ ਹਰਿਆਣਾ ਸਰਕਾਰ ਨੂੰ। ਚਲੋ ਠੀਕ ਹੈ, ਮੈਂ ਵਕਫੇ ਲਈ ਵੀ ਰੁਕਣਾ, ਉਸ ਤੋਂ ਪਹਿਲਾਂ ਨਿਕੜਾ ਸਾਹਿਬ ਤੁਹਾਡੇ ਤੋਂ ਮੈਂ ਜਾਣਨਾ ਚਾਹੂੰਗਾ, ਸੂਈ ਜਿਹੜੀ ਹੈ ਸੱਤਾਧਿਰ ਪਾਰਟੀ ਦੇ ਉੱਤੇ ਵੀ ਆਉਂਦੀ ਹੈ, ਜਿਸ ਤਰੀਕੇ ਨਾਲ ਪਹਿਲਾਂ ਕਰਨੈਲ ਸਿੰਘ ਹੁਰੀ ਕਹਿ ਚੁੱਕੇ ਹੈ ਕਿ ਇਹ ਚਾਚਾ ਭਤੀਜਾ ਜਿਹੜਾ ਰਲੇ ਹੋਏ ਹੈ, ਅਤੇ ਇਸੇ ਕਰਕੇ ਹੀ ਜਾਂਚ ਵੀ ਮੱਧਮ ਚੱਲ ਰਹੀ ਹੈ, ਜਦੋਂ ਕੋਈ ਵੋਟਾਂ ਆਉਂਦੀਆਂ ਨੇ ਉਦੋਂ ਇਸ ਦੇ ਵਿੱਚ ਥੋੜ੍ਹੀ ਤੇਜ਼ੀ ਦਿਖਾ ਦਿੱਤੀ ਜਾਂਦੀ ਆ। ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਜੀ, ਗੱਲ ਇਹ ਹੈ ਕਿ ਸਰਕਾਰ ਨੇ ਸਿੱਟ ਬਣਾਈ, ਸਿੱਟ ਨੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਪਹਿਲਾਂ ਜਿਹੜੇ ਰਾਜਨੀਤਿਕ ਲੋਕ ਦੂਜੀਆਂ ਪਾਰਟੀਆਂ ਦੇ ਇਨਵੋਲਵ ਸੀ, ਸ਼ੱਕ ਦੇ ਘੇਰੇ 'ਚ ਨੇ, ਉਹਨਾਂ ਨੂੰ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਉਸ ਤੋਂ ਬਾਅਦ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਤੋਂ ਪੁੱਛਗਿੱਛ ਕਰਕੇ ਨਤੀਜਾ ਕੱਢ ਕੇ ਜੇਲ੍ਹਾਂ 'ਚ ਵੀ ਬੰਦ ਕੀਤੇ ਗਏ। ਕਦੇ ਪਹਿਲਾਂ ਇੱਦਾਂ ਹੋਇਆ ਜੀ?
ਜਿਹੜੀ ਸਰਕਾਰ ਚ ਬੇਦਖਲੀ ਹੋਈ 2015 ਦੀ ਇਹ ਘਟਨਾ ਹੈ। 15 ਦੀ ਔਰ ਤੁਸੀਂ ਦੇਖੋ 2 ਸਾਲ ਹੋ ਗਏ ਤਾਂ ਸਰਕਾਰ ਬਣੀ 2 ਸਾਲ ਬਣੀ ਨੂੰ ਹੋ ਗਏ 2 ਸਾਲ ਦੇ ਵਿੱਚ ਤੁਸੀਂ ਕੀ ਕੀਤਾ ਹੈ ਉਹ ਦੱਸੋ ਨਾ। ਕਿਉਂਕਿ ਪਹਿਲਾਂ ਤੁਸੀਂ ਸਿਰਫ ਲਟਕਾਉਣ ਵਾਸਤੇ ਜਦੋਂ ਜਸਟਿਸ ਕੋਈ ਨਾ ਕੋਈ ਬਹਾਨਾ ਬਣਾਉਣ ਵਾਸਤੇ ਹੁਣ ਗੁਰਮੀਤ ਰਾਮ ਰਹੀਮ ਵਾਲੇ ਮਸਲੇ ਨੂੰ ਵਿੱਚ ਲੈ ਜਿਹੜਾ ਆਇਆ ਹੈ ਉਹਦੇ ਉੱਪਰ ਬੀਜੇਪੀ ਆਪਣੀ ਸਿਆਸਤ ਕਰਨ ਲੱਗ ਪਈ ਹੈ। ਇਲੈਕਸ਼ਨਾਂ ਦੇ ਦਿਨ ਚੱਲ ਰਹੇ ਨੇ ਜਾਂਚ ਕਰ ਰਹੀ ਹੈ ਨਾ ਸਾਰਿਆਂ ਨੂੰ ਪੁੱਛ ਕਿਸ ਕਰੂਗੀ ਹੁਣ ਤੱਕ ਦੇਖੋ ਜਿਹੜੇ ਅਸਲੀ ਆ ਕਿ ਅਸਲੀ ਖਾਈ ਦੇ ਵਿੱਚ ਡਿੱਗਣਾ ਹੀ ਡਿੱਗਣਾ ਹੈ ਅਸਲੀ ਜਨਰਲ ਡਾਇਰ ਲੱਭਣ ਦੇ ਲਈ ਅਸਲੀ ਜਨਰਲ ਡਾਇਰ ਲੱਭਣ ਦੇ ਲਈ ਸਿਰਸੇ ਵਾਲੇ ਦੀ ਪੁੱਛਗਿੱਛ ਜ਼ਰੂਰੀ ਹੈ। ਉਹ ਦੱਸੂਗਾ ਨਾ ਕਿ ਪੋਸਟਰ ਉਦੋਂ ਕਿਹਨੇ ਲਵਾਏ ਜਿਹੜੀ ਲੜਾਈ ਦੀ ਜੜ ਆ ਉੱਥੇ ਤਾਂ ਜਦੋਂ ਉਸ ਤੋਂ ਪੁੱਛਗਿੱਛ ਲਈ ਗਰੇਵਾਲ ਸਾਹਿਬ ਤੁਸੀਂ ਗੱਲ ਜ਼ਰੂਰ ਇਸ ਕਾਲਰ ਦੀ ਸੁਣੀ ਹੋਵੇਗੀ ਇਸ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਅਤੇ ਕੀ ਜਵਾਬ ਆ ਕੀ ਪ੍ਰਤੀਕਿਰਿਆ ਇਸ ਤਰ੍ਹਾਂ ਕੋਈ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕਿਸੇ ਨੂੰ ਜੇਲ੍ਹ ਭੇਜਣ ਦਾ ਕੰਮ ਨਹੀਂ ਕਰਦਾ ਪਹਿਲੀ ਗੱਲ ਤਾਂ ਇਹ ਪਤਾ ਹੋਣਾ ਚਾਹੀਦਾ ਇਹ ਕਾਨੂੰਨ ਜਿਹੜੀਆਂ ਇਨਵੈਸਟੀਗੇਟਿੰਗ ਏਜੰਸੀਜ਼ ਨੇ ਉਹਨਾਂ ਦਾ ਕੰਮ ਹੁੰਦਾ ਔਰ ਉਹ ਜੋ ਵੀ ਉਹਨਾਂ ਦਾ ਡਿਸੀਜਨ ਆਇਆ ਕੋਰਟ ਨੇ ਵਰਡਿਕਟ ਦਿੱਤਾ ਜੋ ਉਸ ਨੂੰ ਇੰਪਲੀਮੈਂਟ ਕਰਾਉਣਾ ਸਰਕਾਰ ਦਾ ਕੰਮ ਹੁੰਦਾ ਉਸ ਨੂੰ ਅਸੀਂ ਇੰਪਲੀਮੈਂਟ ਕੀਤਾ ਉਸ ਨੂੰ ਜੇਲ੍ਹ ਭੇਜਿਆ ਔਰ ਜਿਹੜੇ ਲੋਕ ਹੋਰ ਕ੍ਰਾਈਮ 'ਚ ਸ਼ਾਮਿਲ ਸੀ ਉਹਨਾਂ ਨੂੰ ਵੀ ਜੇਲ੍ਹ ਭੇਜਿਆ ਅਤੇ ਨਾ ਸਾਡੀ ਕਿਸੇ ਨਾਲ ਦੁਸ਼ਮਣੀ ਆ ਨਾ ਦੋਸਤੀ ਆ ਸਰਕਾਰਾਂ ਦਾ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੁੰਦਾ ਨਾ ਹੀ ਇਸ ਤਰ੍ਹਾਂ ਦੇ ਆਰੋਪ ਉਹੀ ਲੋਕ ਲਗਾਉਂਦੇ ਆ ਜੋ ਸਰਕਾਰੀ ਪ੍ਰਕਿਰਿਆ ਨੂੰ ਨਹੀਂ ਸਮਝਦੇ ਹੈਗੇ ਅਤੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਕਾਨੂੰਨ ਦਾ ਰਾਜ ਸਥਾਪਿਤ ਕਰਨ 'ਚ ਵਿਸ਼ਵਾਸ ਰੱਖਦੀ ਆ ਸੰਵਿਧਾਨ ਦੇ ਮੁਤਾਬਕ ਕੰਮ ਕਰਦੀ ਆ ਕੋਰਟਾਂ ਦੇ ਆਦੇਸ਼ ਦਾ ਪਾਲਣ ਕਰਦੀ ਆ ਉਹਨਾਂ ਨੂੰ ਅਸੀਂ ਹਮੇਸ਼ਾ ਸਿਰ ਚੁਕਾਇਆ ਜੋ ਕੋਰਟ ਨੇ ਆਦੇਸ਼ ਦਿੱਤਾ ਔਰ ਉਹਨਾਂ ਨੂੰ ਇੰਪਲੀਮੈਂਟ ਕਰਕੇ ਦਿਖਾਇਆ ਕਿਸੇ ਦੀ ਫੇਵਰ ਨਹੀਂ ਕੀਤੀ ਕਿਸੇ ਦਾ ਵਿਰੋਧ ਨਹੀਂ ਕੀਤਾ ਅਤੇ ਇਸ ਲਈ ਮੈਂ ਕਾਨੂੰਨ ਤੇ ਵਿਸ਼ਵਾਸ ਰੱਖਦੀ ਹੈ ਕਾਨੂੰਨੀ ਬੰਦਿਆਂ ਦੀ ਇੱਜ਼ਤ ਕਰਦੀ ਹੈ ਭਾਵੇਂ ਜ਼ੋਰਾ ਸਿੰਘ 9 ਘੰਟੇ ਦਫ਼ਤਰ ਦੇ ਬਾਹਰ ਬੈਠਾ ਰਿਹਾ ਹੋਵੇ ਚਲੋ ਕੋਈ ਗੱਲ ਨਹੀਂ ਗਰਗ ਸਾਹਿਬ ਕੁਛ ਕਹਿਣਾ ਚਾਹ ਰਹੇ ਸੀ ਮੈਂ ਵਕਫੇ ਲਈ ਉਦੋਂ ਰੋਕਿਆ ਸੀ ਗਰਗ ਸਾਹਿਬ ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ ਨਹੀਂ ਉਹਦੇ 'ਚ ਉਹਦੇ ਮਾਫ਼ ਕਰਨਾ ਜੀ ਪ੍ਰਧਾਨ ਮੰਤਰੀ ਦੀ ਉਹਦੀ ਕੋਈ ਹੱਥ ਨਹੀਂ ਹੈ ਸਿੱਧਾ ਸਿੱਧਾ ਇਹ ਕਹਿੰਦੇ ਹਾਂ ਜੀ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਸਰਕਾਰ ਨੇ ਕੀਤੀਆਂ ਜੇ ਅੱਛੀਆਂ ਕੀਤੀਆਂ ਉਹਦੀ ਵੀ ਜ਼ਿੰਮੇਦਾਰੀ ਬਰਾਬਰ ਲੈਂਦੇ ਹਾਂ ਜੇ ਬੁਰੀਆਂ ਕੋਈ ਗਲਤੀ ਵੀ ਹੋਈ ਆ ਉਹਦੀ ਮਾਫ਼ੀ ਵੀ ਮੰਗਦੇ ਹਾਂ ਜੋ ਜਨਤਾ ਨੇ ਫੈਸਲਾ ਦਿੱਤਾ ਲੋਕਤੰਤਰ 'ਚ ਉਹ ਅਸੀਂ ਸਿਰ ਚੁਕਾ ਕੇ ਸਵੀਕਾਰ ਵੀ ਕੀਤਾ ਠੀਕ ਹੈ ਗਰਗ ਸਾਹਿਬ ਸਰ ਮੈਂ ਇਹ ਕਹਿਣਾ ਚਾਹ ਰਿਹਾ ਸੀ ਬੇਸਿਕਲੀ ਸਾਡਾ ਹਿੰਦੁਸਤਾਨੀਆਂ ਦਾ ਦੁਖਾਂਤ ਹੈਗਾ ਬਹੁਤ ਵੱਡਾ ਕਿ ਇੱਥੇ ਰਾਜਨੀਤੀ ਹਰ ਖੇਤਰ 'ਚ ਇੰਨੀ ਹਾਵੀ ਆ ਕਿ ਲੋਕਾਂ ਨੂੰ ਇਨਸਾਫ਼ ਮਿਲਦਾ ਨਹੀਂ ਬੇਅਦਬੀ ਹੋਈ ਬਰਗਾੜੀ ਕਾਂਡ ਹੋਇਆ ਬਹਿਬਲ ਕਲਾ ਕਾਂਡ ਹੋਇਆ ਤੇ ਲੋਕ ਕੀ ਮੰਗਦੇ ਨੇ ਇੱਕ ਇਨਸਾਫ਼ ਮੰਗ ਰਹੇ ਹੈ ਨਾ ਔਰ ਜੋ ਦੋਸ਼ੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹਦੇ ਵਿੱਚ ਕੀ ਗਲਤ ਹੈਗਾ ਔਰ ਇੱਕ ਇਹੋ ਜਿਹੀ ਚੀਜ਼ ਨੂੰ ਤੁਸੀਂ ਕਾਨੂੰਨੀ ਪ੍ਰਤੀਕਿਰਿਆ ਦੇ ਥਰੂ ਇੰਨਾ ਲੰਬਾ ਕਰਦੇ ਹੋ ਉਹ ਇਨਸਾਫ਼ ਮਿਲਣਾ ਜਾਂ ਇਨਸਾਫ਼ ਨਾ ਮਿਲਣਾ ਇੱਕ ਬਰਾਬਰ ਹੈਗਾ ਇਹ ਰਾਜਨੀਤਿਕ ਪਾਰਟੀਆਂ ਚਾਹੇ ਉਹ ਬੀਜੇਪੀ ਹੈ ਚਾਹੇ ਕਾਂਗਰਸ ਹੈ ਇਹ ਦੋਨੇ ਇਸ ਨੂੰ ਜ਼ਿੰਦਾ ਰੱਖਣਾ ਚਾਹੁੰਦੀਆਂ ਸਿਰਫ ਅਖਬਾਰਾਂ ਦੀ ਸੁਰਖੀਆਂ ਬਣਾਉਂਦੀਆਂ ਨੇ ਵੋਟਾਂ ਦਾ ਦਿਨ ਹੈਗਾ ਕੈਪਟਨ ਸਾਹਿਬ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਹੈ ਕਾਰਵਾਈ ਕਰ ਰਹੇ ਹਾਂ ਅਦਰਵਾਈਜ਼ 2 ਸਾਲ ਹੋ ਗਏ ਆ ਸਵਾ 2 ਸਾਲ ਸਰਕਾਰ ਬਣੀ ਨੂੰ ਹੁਣ
ਤੇ ਗੁਟਕਾ ਸਾਹਿਬ ਦੀ ਸੋਹ ਵੀ ਇਹਨਾਂ ਨੇ ਚੁੱਕੀ ਸੀ ਕਿ ਮੈਂ ਜਿਹੜਾ ਹੈਗਾ ਦੋਸ਼ੀਆਂ ਨੂੰ ਸਜ਼ਾ ਦਿਆਂਗਾ, ਹਾਲੇ ਮੈਂ ਕੁਛ ਮੁਕਾਮ ਤੇ ਪੁੱਜਾ ਨਹੀਂ। ਤੇ ਇਸੇ ਤਰ੍ਹਾਂ ਜਿਹੜਾ ਅਕਾਲੀ ਦਲ ਬਾਦਲ ਵੀ ਜਿਹੜਾ ਹੈਗਾ ਉਹ ਸਿਰਫ ਅਤੇ ਸਿਰਫ ਜਿਹੜਾ ਹੈਗਾ ਸਿਆਸਤ ਕਰ ਰਹੇ ਆ, ਇਹਨਾਂ ਤੋਂ ਉੱਤੇ ਉੱਠ ਕੇ ਜਿਹੜਾ ਹੈਗਾ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਿਆਸਤ ਤੋਂ ਉੱਤੇ ਉੱਠ ਕੇ ਸਾਰੇ ਜਾਣੀ ਕਿ ਲੋਕਾਂ ਨੂੰ ਇਹ ਡਿਮਾਂਡ ਕਰਨੀ ਚਾਹੀਦੀ ਹੈ ਜੇ ਦੋਸ਼ੀ ਭਾਵੇਂ ਕੋਈ ਵੀ ਹੈ ਤੇ ਜਿਹੜੀ ਸੂਈ ਜਿਹੜੀ ਹੈਗੀ ਹੈ ਉਹ ਉੱਥੋਂ ਤੱਕ ਪਹੁੰਚਣੀ ਚਾਹੀਦੀ ਹੈ ਜੇ ਉਹਦਾ ਦੋਸ਼ੀ ਹੈਗਾ। ਇਹ ਨਹੀਂ ਹੈਗਾ ਕਿ ਤੁਸੀਂ ਸੁਣਿਆ ਹੋਣਾ, ਤੁਹਾਡੇ ਚੈਨਲ 'ਤੇ ਵੀ ਸ਼ਾਇਦ ਆਈ ਸੀ ਉਹ ਕਿ ਬੀਬੀ ਜਗੀਰ ਕੌਰ ਨੇ ਸਟੇਟਮੈਂਟ ਦਿੱਤੀ ਸੀ ਅੱਜ ਤੋਂ 3 ਦਿਨ ਪਹਿਲਾਂ। ਉਹ ਕੀ ਕਹਿ ਰਹੇ ਨੇ ਕਿ ਜਿਹੜਾ ਬੇਅਦਬੀ ਕਾਂਡ ਹੋਇਆ ਸੀ ਇਹ ਜੀ ਕਾਂਗਰਸ ਨੇ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਕਰਾਇਆ ਸੀ। ਚਲੋ ਤੁਹਾਡੀ ਗੱਲ ਮੰਨ ਲੈਂਦੇ ਹਾਂ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਕਰਾਇਆ, ਸਰਕਾਰ ਤਾਂ ਤੁਹਾਡੀ ਸੀ, ਤੁਸੀਂ ਕੀ ਕਰਦੇ ਸੀ? ਕਿਉਂ ਸਰਕਾਰ ਗਵਾਲੀ ਇਸ ਮੁੱਦੇ ਦੇ ਉੱਤੇ? ਫਿਰ ਕਿਉਂ ਕਾਰਵਾਈ ਨਹੀਂ ਕੀਤੀ ਤੁਸੀਂ? ਚਲੋ ਠੀਕ ਹੈ, ਤੁਸੀਂ ਸੂਈ ਦੀ ਗੱਲ ਕੀਤੀ ਹੈ ਕਿ ਸਰਕਾਰਾਂ ਦੇ ਸੂਈ ਵੱਜਣੀ ਚਾਹੀਦੀ ਹੈ, ਸਰਕਾਰਾਂ ਤੇ ਇਹ ਲੱਗਣੀ ਚਾਹੀਦੀ ਹੈ। ਸਰਕਾਰ ਜਿਹੜੀ ਸਰਕਾਰ ਹੈ ਜਿਸ ਪਾਰਟੀ ਦੀ, ਉਹਨਾਂ ਦੇ ਨੁਮਾਇੰਦੇ ਨਿਕੜਾ ਸਾਹਿਬ ਸਾਡੇ ਦਰਮਿਆਨ ਨੇ। ਅੱਛਾ ਨਿਕੜਾ ਸਾਹਿਬ, ਜਦੋਂ ਸਰਕਾਰ ਨਵੀਂ ਨਕੋਰ ਸੀ, 6 ਮਹੀਨੇ ਤੱਕ ਇਹੀ ਗੱਲ ਕਹੀ ਗਈ ਕਿ ਹਲੇ ਕੰਮਕਾਜ ਸਮਝਣ ਦੇ ਲਈ ਸਮਾਂ ਦਿੱਤਾ ਜਾਵੇ, ਹਲੇ ਅਸੀਂ ਆਪਣਾ ਕੰਮ ਕਰਨਾ ਉਹਦੇ ਲਈ ਸਮਾਂ ਦਿੱਤਾ ਜਾਵੇ। ਹੁਣ ਤਾਂ 2 ਸਾਲ ਬੀਤ ਗਏ ਆ, ਤੁਸੀਂ ਇਹ ਵੀ ਗੱਲ ਕਹਿ ਕੇ ਥੱਕ ਗਏ ਕਿ 1.5 ਸਾਲ ਉਹਨਾਂ ਦੀ ਸਰਕਾਰ ਰਹੀ, ਉਹਨਾਂ ਨੇ ਕਮਿਸ਼ਨ ਬਣਾਇਆ, SIT ਬਣਾਈ, ਉਹਨਾਂ ਨੇ ਕੁਛ ਨਹੀਂ ਕੀਤਾ। ਪਰ ਹੁਣ ਸਵਾਲ ਉਹ ਤੁਹਾਡੇ ਉੱਤੇ ਲੱਗਣ ਲੱਗ ਪਏ ਨੇ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਉੱਤੇ ਲੱਗਦੇ ਸੀ ਕਿ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਚਾਲ ਇੰਨੀ ਸੁਸਤ ਕਿਉਂ ਚੱਲ ਰਹੀ ਹੈ? ਜਦੋਂ ਜਿਹੜਾ ਤੁਸੀਂ ਕਮਿਸ਼ਨ ਬਣਾਇਆ, ਉਸ ਕਮਿਸ਼ਨ ਨੇ ਜਿਹੜੀਆਂ ਆਪਣੀਆਂ ਫਾਇੰਡਿੰਗਸ ਦਿੱਤੀਆਂ, ਉਹਨੇ ਜਿਹੜੀ ਪੜਤਾਲ ਕੀਤੀ, ਉਹਨੇ ਬਹੁਤ ਸਾਰੀਆਂ ਗੱਲਾਂ ਖੋਲ੍ਹ ਕੇ ਬਿਲਕੁਲ ਸਾਹਮਣੇ ਰੱਖ ਦਿੱਤੀਆਂ ਗਈਆਂ ਨੇ। ਉਹਨਾਂ ਗੱਲਾਂ ਦਾ ਜਵਾਬ ਅਸੀਂ ਰਜਿੰਦਰ ਸਿੰਘ ਹੋਰਾਂ ਤੋਂ ਜ਼ਰੂਰ ਲਵਾਂਗੇ, ਪਰ ਤੁਹਾਡੇ ਉੱਤੇ ਸਵਾਲ ਲਗਾਤਾਰ ਬਰਕਰਾਰ ਖੜ੍ਹਾ ਕਿ ਹੁਣ ਜਿਹੜੀ ਸਰਕਾਰ ਇਸ ਨੂੰ ਲਮਕਾ ਰਹੀ ਹੈ, ਪਹਿਲਾਂ ਬਾਏ ਇਲੈਕਸ਼ਨ 'ਚ ਲਮਕਾਤਾ, ਹੁਣ ਲੋਕ ਸਭਾ ਇਲੈਕਸ਼ਨ 'ਚ ਲਮਕਾਤਾ, ਹੁਣ ਜਦੋਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਕੁਝ ਮੌਜੂਦਾ ਵਿਧਾਇਕ ਜਾਂ ਮੰਤਰੀ ਜਾਂ ਕੋਈ ਹੋਰ ਬੰਦੇ ਖੜ੍ਹੇ ਹੋਣਗੇ, ਫਿਰ ਜਦੋਂ ਬਾਏ ਇਲੈਕਸ਼ਨ ਹੋਣਗੀਆਂ ਫਿਰ ਉਹਨਾਂ ਨੂੰ ਟਾਲ ਮਟਾਲ ਦਿੱਤਾ ਜਾਏਗਾ। ਉਹ ਕਹਿੰਦੇ ਆ ਕਿ ਆਪਸ ਦੇ ਵਿੱਚ ਰਿਸ਼ਤਾ ਹੈ ਅਤੇ ਇਸ ਰਿਸ਼ਤੇ ਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਲਝਾ ਲਿਆ ਜਾਵੇਗਾ। ਇਹ ਬਿਲਕੁਲ ਗਲਤ ਕਹਿਣਾ ਜੀ ਕਿ ਸਾਡੀ ਕਿਸੇ ਨਾਲ ਸਾਂਝ ਹੈ। ਇਹ ਸਿੱਖ ਭਾਵਨਾ ਨਾਲ ਜੁੜਿਆ ਹੋਇਆ ਮੁੱਦਾ ਹੈ। ਇਸ 'ਤੇ ਨਾ ਸਾਡੀ ਸਰਕਾਰ, ਨਾ ਸਾਡਾ ਮੁੱਖ ਮੰਤਰੀ, ਨਾ ਸਾਡੀ ਸਿੱਟ ਇਸ 'ਤੇ ਕੋਈ ਰਾਜਨੀਤੀ ਨਹੀਂ ਕਰ ਰਹੀ। ਜਦੋਂ ਸਿੱਟ ਬਣੀ, ਸਿੱਟ ਬਣਨ ਤੋਂ ਬਾਅਦ ਕਾਰਵਾਈ ਲਗਾਤਾਰ ਚੱਲ ਰਹੀ ਹੈ। ਆ ਹੁਣ ਆ ਕੇ ਜਦੋਂ ਪਰਮਿਸ਼ਨ ਮੰਗੀ ਹੈ ਸਿਰਸੇ ਵਾਲੇ ਤੋਂ ਪੁੱਛਗਿੱਛ ਦੀ, ਇਹ ਜਾ ਕੇ ਚੋਣ ਕਮਿਸ਼ਨ ਕੋਲ ਚਲੇ ਗਏ। ਦੱਸੋ ਕਿਉਂ ਚਲੇ ਗਏ? ਜਾਂਚ ਚੱਲੀ ਜਾਣ ਦਿੰਦੇ, ਇਲੈਕਸ਼ਨ ਆਪਣੀ ਚੱਲ ਰਹੀ ਹੈ, ਇਹਦੇ 'ਚ ਕਿਹਦੇ ਕਿਹੜਾ ਕੋਈ ਅਕਾਲੀ ਦਲ ਨੂੰ ਪ੍ਰਭਾਵ ਪੈਣਾ ਪੈਣਾ ਇਹਨਾਂ ਦੇ ਆਪਣੇ ਗ੍ਰਿਵਾਲ ਸਾਹਿਬ ਦਿਓ ਜਵਾਬ ਦਿਓ। ਇਹਨਾਂ ਨੂੰ ਡਰ ਹੈ ਕਿ ਹੁਣ ਲੋਕਾਂ 'ਚ ਖੁਲਾਸਾ ਹੋ ਜਾਣਾ ਕਿ ਅਕਾਲੀ ਦਲ ਦੇ ਰਾਜ 'ਚ ਚੋਕ ਗ੍ਰਿਵਾਲ ਸਾਹਿਬ ਤੋਂ ਜਵਾਬ ਲੈਣਾ। ਗ੍ਰਿਵਾਲ ਸਾਹਿਬ ਜਵਾਬ ਦਿਓ, ਮਤਲਬ ਇਹ ਜਿਹਾ ਕੀ ਡਰ ਹੈ ਕਿ ਜਗ ਜਾਹਰ ਹੈ, ਕਮਿਸ਼ਨ ਦੇ ਕੋਲ ਪਹੁੰਚ ਕਰਨ ਦੀ ਸਦੀ ਲੋੜ ਨਹੀਂ? ਇਹ ਪੰਜਾਬ ਜਾਂ ਚੰਡੀਗੜ੍ਹ ਦੀ ਸਾਰੀ ਦੁਨੀਆ ਦੇ ਸਿੱਖ ਭਲੀ ਭਾਂਤ ਜਾਣਦੇ ਨੇ, ਸਾਨੂੰ ਕੋਈ ਇਹਨਾਂ ਨੂੰ ਹੁਣ ਖੁਲਾਸਾ ਹੋਣ ਤੋਂ ਡਰ ਹੈ ਕਿ ਇਹਨਾਂ ਦਾ। ਚਲੋ ਤੁਸੀਂ ਸਵਾਲ ਉਹਨਾਂ ਨੂੰ ਪਾਇਆ, ਉਹਨਾਂ ਦਾ ਜਵਾਬ ਲੈ ਲਓ। ਚਾਹ ਚੋਣ ਕਮਿਸ਼ਨ ਤੇ ਜਾ ਰਹੇ ਨੇ। ਦੇਖੋ ਐਸੀ ਜੇ ਕੋਈ ਕਿਸੇ ਨੂੰ ਫੀਲਿੰਗ ਹੋਵੇ ਤਾਂ ਇਲੈਕਸ਼ਨ ਕਮਿਸ਼ਨ ਕੋਲ ਜਾਣਾ ਕੋਈ ਗੁਨਾਹ ਨਹੀਂ ਹੈ। ਇਲੈਕਸ਼ਨ ਕਮਿਸ਼ਨ ਵੀ ਕਾਨੂੰਨੀ ਪ੍ਰਕਿਰਿਆ ਹੈਗੀ ਆ, ਕਾਨੂੰਨ ਦੇ ਸਾਹਮਣੇ ਅਗਰ ਕੋਈ ਅਦਾਲਤ 'ਚ ਵੀ ਜਾਂਦਾ, ਕਾਨੂੰਨ ਦੇ ਸਾਹਮਣੇ ਵੀ ਜਾਂਦਾ, ਕੋਈ ਬੁਰੀ ਗੱਲ ਨਹੀਂ ਹੈ। ਜਿਹੜੀ ਤੁਸੀਂ ਅੱਜ ਜਿਹੜੀ ਉੱਥੇ ਪਾਰਟੀ ਦੇ ਵੱਲੋਂ ਪਹੁੰਚ ਕੀਤੀ ਗਈ ਹੈ ਉਹਦੇ ਵਿੱਚ ਕੇਵਲ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਕੀਤਾ ਗਿਆ, ਵੀ ਆਖਿਰ ਪਾਰਟੀ ਨੂੰ ਉਸ ਤੋਂ ਹੀ ਕਿਉਂ ਡਰ ਹੈ? ਉਹਦੇ ਵਿੱਚ ਤਾਂ ਹੋਰ ਵੀ ਕਈ ਮੈਂਬਰ ਨੇ, ਹੋਰ ਵੀ ਕਈ ਬੰਦੇ ਨੇ। ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਅਕਾਲੀ ਦਲ ਦਾ ਜਿਹੜਾ ਲਹਿਜ਼ ਹੈ ਉਹ ਬੜਾ ਧਮਕੀ ਭਰਿਆ ਲਹਿਜ਼ ਹੈ।
ਇਸ ਤਰ੍ਹਾਂ ਕਿ ਕੁੰਵਰ ਵਿਜੇ ਪ੍ਰਤਾਪ ਜੀ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਰਹੇ ਨੇ ਇਸ ਵੇਲੇ ਸਿੱਟ ਦੇ ਅੰਦਰ, ਉਹਦੇ ਤੋਂ ਸਾਫ਼ ਲੱਗਦਾ ਕਿ ਉਹ ਸਾਡੇ ਗਠਬੰਧਨ ਨੂੰ ਬਦਨਾਮ ਕਰਨ ਦੇ ਲਈ, ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਉਹ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਨੇ, ਜੇਕਰ ਤੁਸੀਂ ਜੇ ਸਮਝਦੇ ਹੋ ਤਾਂ ਅਸੀਂ ਉਹ ਵੀ ਗੱਲ ਰੱਖਾਂਗੇ ਕਿ ਉਹ ਗੈਰ ਕਾਨੂੰਨੀ ਗਤੀਵਿਧੀਆਂ ਕਰ ਰਹੇ ਨੇ ਸਿਆਸੀ, ਜਾਂ ਉਹਨਾਂ ਦਾ ਕੋਈ ਜਿਹੜਾ ਬੈਕਗ੍ਰਾਉਂਡ ਹੈ ਕੋਈ ਉਹ ਖਰਾਬ ਹੋਵੇ ਜਿਹੜੇ ਹੁਣ ਤੱਕ ਉਹਨਾਂ ਨੇ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਹੋਣ। ਪ੍ਰਕਾਸ਼ ਸਿੰਘ ਬਾਦਲ ਵਰਗਾ ਜਿਹੜਾ ਮੁੱਖ ਮੰਤਰੀ ਹੋਵੇ ਉਹ ਕੋਈ ਕਤਲ ਕਰਾਉਂਦੇ ਨੇ ਜਾਂ ਕੋਈ ਇੱਦਾਂ ਦੀਆਂ ਗੱਲਾਂ ਕਰਾਉਂਦੇ ਨੇ, ਕਦੇ ਹੁੰਦਾ ਹੋਇਆ ਹੈ? ਤੇ ਇਹ ਉਹਨਾਂ ਨੂੰ ਬੁਲਾਉਣਾ, ਉਹਨਾਂ ਦੀ ਪੁੱਛਗਿੱਛ ਕਰਨਾ, ਉਹ ਫਿਰ ਵੀ ਚਲੇ ਗਏ, ਉਹ ਤਾਂ ਖੁਦ ਆ ਗਏ। ਤੇ ਇਹ ਸਾਰੀਆਂ ਚੀਜ਼ਾਂ ਤੋਂ ਸਾਬਿਤ ਹੁੰਦਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਬਦਨਾਮ ਕਰਨ ਦੀ ਸਾਜ਼ਿਸ਼ ਆ, ਆਪਣਾ ਰਾਜਨੀਤਿਕ ਮਨੋਰਥ ਹਿੱਤ ਸਾਧਨ ਦੇ ਲਈ ਇਹ ਕੰਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰਵਾ ਰਹੀ ਹੈ ਔਰ ਉਹਦੇ ਨਾਲ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਮਿਲੀ ਹੋਈ ਹੈ। ਔਰ ਜਿਸ ਤਰ੍ਹਾਂ ਵਿਧਾਨ ਸਭਾ ਦੇ ਅੰਦਰ ਇਹਨਾਂ ਨੇ ਮਿਲ ਕੇ ਡਰਾਮਾ ਕੀਤਾ ਔਰ ਲੋਕਾਂ ਨੂੰ ਉਹ ਦਿਖਾਇਆ, ਉਹਦੇ ਤੋਂ ਸਾਫ਼ ਜ਼ਾਹਿਰ ਹੁੰਦਾ। ਔਰ ਉਸ ਤੋਂ ਬਾਅਦ ਉਹ ਜਿਹੜੇ ਅਫੀਸਰ ਜਿਹਦੀ ਤੁਸੀਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰਦੇ ਹੋ, ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ, ਜਿਸ ਤਰ੍ਹਾਂ ਦੇ ਕੁਐਸਚਨਿੰਗ ਕਰ ਰਿਹਾ, ਉਹ ਸਾਰੇ ਤੋਂ ਲੱਗਦਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਅਕਾਲੀ ਦਲ ਦੀ ਉਹਦੀ ਸ਼ਮੂਲੀਅਤ ਸੀ, ਸਾਡੀ ਅਕਾਲੀ ਭਾਜਪਾ ਸਰਕਾਰ ਦੇ ਸ਼ਮੂਲੀਅਤ ਸੀ। ਇਸ ਤੋਂ ਵੀ ਜ਼ਿਆਦਾ ਜਿਹੜੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਹੋ ਗਈਆਂ ਨੇ। ਅਸੀਂ ਤਾਂ ਕਦੇ ਨਹੀਂ ਕਿਹਾ ਕਿ ਵੀ ਕੈਪਟਨ ਅਮਰਿੰਦਰ ਸਿੰਘ ਕਰਵਾ ਰਹੇ ਆ ਉਹ, ਅਸੀਂ ਤਾਂ ਕਦੇ ਨਹੀਂ ਕਿਹਾ, ਕਿਉਂਕਿ ਇਹਨਾਂ ਨੇ ਤਾਂ ਬਦਨਾਮ ਕਰਨ ਦੀ ਉਹ ਸਾਜ਼ਿਸ਼ ਰਚੀ ਹੋਈ ਸੀ, ਉਸੇ ਦੇ ਤਹਿਤ ਇਹ ਕੰਮ ਕਰ ਰਹੇ ਨੇ, ਉਸੇ ਦੇ ਤਹਿਤ ਇਹ ਸਿੱਟ ਦੀ ਵਰਤੋਂ ਕਰ ਰਹੇ ਆ। ਚਲੋ ਠੀਕ ਹੈ, ਪੀਰ ਮੁਹੰਮਦ ਸਾਹਿਬ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਤੁਸੀਂ ਇਤਫਾਕ ਰੱਖਦੇ ਹੋ? ਬਿਲਕੁਲ ਨਹੀਂ ਜੀ, ਇਹ ਦੇਖੋ ਬੀ ਜੇ ਪੀ ਕਾਂਗਰਸ ਦਾ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਗਏ ਨੇ ਕਿ ਜਿਹੜੀ ਇਹ ਐੱਸ ਆਈ ਟੀ ਬਣਾਈ ਗਈ, ਇਸ ਤੋਂ ਪਹਿਲਾਂ ਤਿੰਨ ਕਮਿਸ਼ਨ ਬਣੇ ਆ, ਇੱਕ ਤਾਂ ਇੰਡੀਪੈਂਡੈਂਟ ਕਮਿਸ਼ਨ ਸੀ ਜਸਟਿਸ ਕਾਟਜੂ ਦਾ, ਫਿਰ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ ਬਣਿਆ ਸੀ, ਫਿਰ ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਣਿਆ। ਅਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸਨ ਤਿੰਨ ਮੁੱਦਿਆਂ ਦੇ ਉੱਤੇ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ। ਇੱਕ ਤਾਂ ਹੈਗਾ ਸੀ ਫਾਰਮਰ ਜਿਹੜੇ ਆ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਕਿ ਮੇਰੀ ਸਰਕਾਰ ਦੇ ਵਿੱਚ ਕੋਈ ਵੀ ਕਿਸਾਨ ਖੁਦਕਸ਼ੀ ਨਹੀਂ ਕਰੇਗਾ। ਦੂਜਾ ਮਸਲਾ ਹੈਗਾ ਸੀ ਬਹਿਬਲ ਬਰਗਾੜੀ ਕਾਂਡ ਦਾ, ਤੇ ਤੀਜਾ ਹੈਗਾ ਸੀ ਪੰਜਾਬ ਦੇ ਵਿੱਚ ਨਸ਼ਿਆਂ ਦਾ। ਤੇ ਤੁਸੀਂ ਇਹ ਕਾਂਗਰਸ ਦੇ ਬੁਲਾਰੇ ਵੀ ਬੈਠੇ ਨੇ, ਉੱਪਰ ਸੈਂਟਰ ਸਰਕਾਰ ਦੇ ਬੁਲਾਰੇ ਬੈਠੇ ਨੇ, ਬੀਜੇਪੀ ਅਕਾਲੀ ਭਾਜਪਾ ਸਰਕਾਰ ਨੇ ਤਾਂ ਜੋ ਕੁਝ ਕਰਨਾ ਸੀ ਕਰ ਗਈ, ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ, ਪੰਜਾਬ ਵਿਧਾਨ ਸਭਾ ਦੇ ਵਿੱਚ ਓਪੋਜੀਸ਼ਨ ਦੀ ਕੁਰਸੀ ਵੀ ਨਹੀਂ ਉਹਨਾਂ ਨੂੰ ਦਿੱਤੀ ਗਈ। ਲੇਕਿਨ ਜਿਹੜੀ ਕਾਂਗਰਸ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਤਿੰਨ ਮੁੱਦਿਆਂ ਦੇ ਉੱਪਰ ਇਹਨਾਂ ਦੀ ਸਰਕਾਰ ਬਣੀ, ਇੰਨਾ ਵੱਡਾ ਬਟਰੇ ਕੀਤਾ ਜਾ ਰਿਹਾ ਪੰਜਾਬ ਦੀ ਜਨਤਾ ਦੇ ਨਾਲ ਕਿ ਤੁਸੀਂ ਫਿਰ ਜਾਣਾ ਪੰਜਾਬ ਦੇ ਲੋਕਾਂ ਕੋਲ। ਅਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਿਰਫ ਇਹੋ ਹੀ ਗੱਲ ਕਿ ਇਸ ਤਰੀਕੇ ਦੇ ਨਾਲ ਅਸੀਂ ਆਪਣਾ ਲਮਕਾਈ ਜਾਈਏ ਮਸਲਾ। ਪੰਜਾਬ ਦੇ ਅੰਦਰ ਇਸ ਵਕਤ ਹਰ ਘਰ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਜਿਹੜਾ ਬਹਿਬਲ ਬਰਗਾੜੀ ਕਾਂਡ ਹੋਇਆ, ਜਿਹੜਾ ਨਸ਼ਿਆਂ ਦਾ ਮੁੱਦਾ ਹੈ ਅਤੇ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਅਤੇ ਬੇਰੁਜ਼ਗਾਰੀ ਦਾ ਮੁੱਦਾ, ਇਹ ਮੁੱਦਿਆਂ ਦੇ ਉੱਪਰ ਹੀ ਅੱਜ ਗੱਲ ਚੱਲ ਰਹੀ ਹੈ। ਲੇਕਿਨ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਵੀ ਐੱਸ ਆਈ ਟੀ ਦੇ ਉੱਪਰ ਜਿਸ ਪੱਧਰ ਦੀ ਨੀਵੀਂ ਸਿਆਸਤਬਾਜ਼ੀ ਕੀਤੀ ਜਾ ਰਹੀ ਹੈ ਉਸ ਤੋਂ ਇਹ ਸਾਬਤ ਹੁੰਦਾ। ਹੁਣ ਦੇਖੋ ਐੱਸ ਆਈ ਟੀ ਦੇ ਜਿਹੜੇ ਮੁਖੀ ਨੇ ਕੰਵਰ ਵਿਜੇ ਪ੍ਰਤਾਪ ਸਿੰਘ, ਉਹ ਸਪਸ਼ਟ ਕਹਿ ਚੁੱਕੇ ਨੇ ਕਿ ਮੈਨੂੰ ਧਮਕਾਇਆ ਜਾ ਰਿਹਾ। ਬਿਲਕੁਲ। ਤੇ ਤੁਸੀਂ ਦੇਖੋ ਕਿ ਜਦੋਂ ਐੱਸ ਆਈ ਟੀ ਦਾ ਮੁਖੀ ਇਹ ਗੱਲ ਕਹਿ ਰਿਹਾ ਤਾਂ ਉਹਦਾ ਨਤੀਜਾ ਕੀ ਹੈ ਕਿ ਮਨਤਾਰ ਸਿੰਘ ਬਰਾੜ ਨੂੰ
ਪੁੱਛਗਿੱਛ ਲਈ ਬੁਲਾਇਆ ਗਿਆ, ਲੇਕਿਨ ਉਹਨੂੰ ਵਿੱਚੋਂ ਸਮਾਂ ਦੇ ਦਿੱਤਾ ਗਿਆ ਕਿ ਉਹਨੂੰ ਅਰੈਸਟ ਨਹੀਂ ਕੀਤਾ ਗਿਆ। ਪਰਮਰਾਜ ਸਿੰਘ ਉਮਰਾ ਨੰਗਲ ਤੇ ਚਰਨਜੀਤ ਸ਼ਰਮਾ ਉਹਨਾਂ ਨੂੰ ਅਰੈਸਟ ਤਾਂ ਕਰ ਲਿਆ ਗਿਆ, ਪਰ ਇਹ ਦੱਸਿਆ ਜਾਵੇ ਕਿ ਉਹਨਾਂ ਨੂੰ ਹੁਕਮ ਕਿਹਨੇ ਕੀਤਾ? ਜਿਨ੍ਹਾਂ ਨੇ ਉਹਨਾਂ ਨੂੰ ਹੁਕਮ ਕੀਤਾ ਗੋਲੀ ਚਲਾਉਣ ਵਾਸਤੇ, ਉਹਨਾਂ ਦੇ ਉੱਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ। ਔਰ ਇਹ ਸਪਸ਼ਟ ਹੈ, ਇਹ ਸਰਕਾਰ ਆਪਸ ਵਿੱਚ ਮਿਲੀ ਭੁਗਤ ਕਰਕੇ ਇੱਕ ਦੂਸਰੇ ਨੂੰ ਬਲੈਕਮੇਲ ਵੀ ਚੱਲਦੀ ਰਹੀ ਹੈ, ਇੱਕ ਦੂਜੇ ਨਾਲ ਸੈਟਿੰਗ ਵੀ ਹੁੰਦੀ ਰਹੀ ਹੈ। ਔਰ ਇਸ ਦੇ ਵਿੱਚ ਬਠਿੰਡਾ, ਫਿਰੋਜ਼ਪੁਰ ਅਤੇ ਪਟਿਆਲੇ ਦੇ ਉੱਪਰ ਜਿਹੜੀ ਸੀਟ ਸ਼ੇਅਰਿੰਗ ਹੈ ਉਸ ਤੱਕ ਇਹਨਾਂ ਦੀ ਸੌਦੇਬਾਜ਼ੀ ਚੱਲ ਰਹੀ ਹੈ ਇਹਦੇ ਵਿੱਚ ਕਿ ਦੋਨਾਂ ਪਰਿਵਾਰਾਂ ਨੂੰ ਕਿਵੇਂ ਜਿਹੜੀਆਂ ਸੀਟਾਂ ਜਿਤਾਈਆਂ ਜਾਣੀਆਂ। ਉਸ ਲਈ ਇੱਕ ਦੂਜੇ ਦੇ ਉੱਪਰ ਦਬਾਅ ਬਣਾਉਣ ਵਾਸਤੇ ਇਸ ਪੱਧਰ ਦਾ SIT ਨੂੰ ਵਰਤਿਆ ਜਾ ਰਿਹਾ। ਮੈਂ ਇਹ ਗੱਲ ਕਹਾਂਗਾ ਕਿ ਬੁਰੀ ਤਰ੍ਹਾਂ ਇਹ ਰਾਜਨੀਤੀ ਦਾ ਸ਼ਿਕਾਰ ਹੋ ਚੁੱਕੀ ਹੈ SIT। ਇਸ ਦੇ ਵਿੱਚੋਂ ਹੁਣ ਕੁਝ ਬਹੁਤਾ ਨਿਕਲਣ ਵਾਲਾ ਨਹੀਂ ਹੈਗਾ, ਕਿਉਂਕਿ ਜਿਹੜੇ ਮੇਨ ਅਕਿਊਜ਼ ਨੇ ਜਿਨ੍ਹਾਂ ਦੇ ਉੱਪਰ ਉਂਗਲ ਉੱਠੀ ਹੈ ਔਰ ਜਿਨ੍ਹਾਂ ਦੇ ਕਰਕੇ ਸਾਰਾ ਘਟਨਾਕ੍ਰਮ ਵਾਪਰਿਆ, ਉਹਨਾਂ ਦੇ ਉੱਪਰ ਤਾਂ ਕੋਈ ਕਾਰਵਾਈ ਹੋ ਨਹੀਂ ਰਹੀ ਅਤੇ ਹੋਰ ਜਿਹੜੇ ਮੁਲਜ਼ਮ ਬਣਾ ਕੇ ਉਹਨਾਂ ਨੂੰ ਫੜਿਆ ਜਾ ਰਿਹਾ, ਬਾਅਦ ਵਿੱਚ ਉਹਨਾਂ ਨੂੰ ਬੇਲ ਵੀ ਮਿਲ ਰਹੀ, ਸਾਰਾ ਕੁਝ ਹੋ ਰਿਹਾ ਔਰ ਇੱਥੋਂ ਤੱਕ ਹੋ ਰਿਹਾ। ਚਲੋ ਠੀਕ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਰਜਿੰਦਰ ਸਿੰਘ ਹੋਰਾਂ ਦੀ ਪ੍ਰਤੀਕਿਰਿਆ ਲੈਣੀ ਚਾਹੁੰਗਾ। ਰਜਿੰਦਰ ਸਿੰਘ ਜੀ, ਜਦੋਂ ਡੇਢ ਸਾਲ ਦੀ ਕਾਰਜ ਪ੍ਰਣਾਲੀ ਦੇ ਵਿੱਚ ਕੋਈ ਜਿਹੜਾ ਰਾਹ ਨਿਕਲਦਾ ਨਾ ਦੇਖਿਆ, ਇੱਕ ਮਿੰਟ ਨਿਕਲਣਾ ਸਾਹਿਬ, ਰਜਿੰਦਰ ਸਿੰਘ ਹੋਰਾਂ ਦਾ ਮੈਂ ਇੱਥੇ ਪ੍ਰਤੀਕਿਰਿਆ ਲੈਣੀ ਚਾਹਾਂਗਾ। ਜਦੋਂ ਕੋਈ ਵੀ ਰਾਹ ਨਿਕਲਦਾ ਨਾ ਦੇਖਿਆ ਤਾਂ ਲੋਕਾਂ ਨੇ ਵੋਟ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਜਿਹੜੀ ਪਾਈ ਅਤੇ ਉਹਨਾਂ ਨੇ ਇੱਕ ਆਸ ਸੀਗੀ ਕਿ ਜਿਹੜੀ ਸਾਨੂੰ ਇਨਸਾਫ ਮਿਲ ਸਕੇਗਾ। ਤੁਸੀਂ ਸਿੱਖ ਵਿਦਵਾਨ ਹੋ, ਮੈਂ ਇਹ ਗੱਲ ਜਾਣਨਾ ਚਾਹੁੰਦਾ, ਪੰਜਾਬ ਦਾ ਸਿੱਖ ਅੱਜ ਕਿਹੋ ਜਿਹਾ ਮਹਿਸੂਸ ਕਰ ਰਿਹਾ ਹੈ? ਦੇਖੋ, ਪੰਜਾਬ ਦੇ ਸਿੱਖ ਨੂੰ ਬਹੁਤ ਵੱਡੀ ਨਿਰਾਸ਼ਤਾ ਹੋਈ ਹੈ ਕਾਂਗਰਸ ਸਰਕਾਰ ਕੋਲੋਂ ਵੀ, ਕੈਪਟਨ ਦੀ ਸਰਕਾਰ ਕੋਲੋਂ ਵੀ। ਜਿਸ ਤਰ੍ਹਾਂ ਹੁਣ ਇਹ ਪੀਰ ਮੁਹੰਮਦ ਜੀ ਨੇ ਕਿਹਾ, ਤਿੰਨਾਂ ਫਰੰਟਸ ਦੇ ਉੱਤੇ ਹੀ ਉਹ ਫੇਲ ਹੋਈ ਜਿਹੜੇ ਉਹਨਾਂ ਨੇ ਕਮਿਟਮੈਂਟ ਕੀਤੀ ਸੀ, ਜਿਹੜਾ ਗੁਟਕਾ ਲੈ ਕੇ ਉਹਨਾਂ ਸਹੁੰ ਖਾਧੀ ਸੀ ਕੈਪਟਨ ਸਾਹਿਬ ਨੇ। ਇੱਕ ਛੋਟੀ ਜਿਹੀ ਗੱਲ ਨਹੀਂ ਹੈ, ਗੁਟਕਾ ਲੈ ਕੇ ਤੁਸੀਂ ਲੋਕਾਂ ਸਾਹਮਣੇ ਸਹੁੰ ਖਾਓ, ਉਹਦੇ ਬਾਅਦ ਤੁਹਾਡੀ ਨਾਕਾਮਯਾਬੀ ਜਿਹੜੀ ਇਹ ਹੋਵੇ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਅੱਜ ਕੋਰਟ ਦੇ ਵਿੱਚੋਂ ਜਾ ਕੇ ਸਿੱਟ ਨੇ ਪਰਮਿਸ਼ਨ ਲਈ ਕਿ ਰਾਮ ਰਹੀਮ ਦੀ ਪੁੱਛਗਿੱਛ ਕਰਨੀ ਹੈ। ਬਾਦਲ ਪਰਿਵਾਰ ਦੋਨੋਂ ਪਿਓ ਪੁੱਤਰ ਜਿਹੜੇ ਨੇ ਇਹਦੇ ਵਿੱਚ ਦੋਸ਼ੀ ਨੇ, ਦੋਸ਼ੀਆਂ ਦੀ ਲਿਸਟ ਦੇ ਵਿੱਚ ਨੇ। ਉਹਨਾਂ ਨੇ ਸਿੱਟ ਦੇ ਨਾਲ ਕੋਪਰੇਟ ਨਹੀਂ ਕੀਤਾ, ਉਹਨਾਂ ਨੇ ਪਹਿਲਾਂ ਕਮਿਸ਼ਨ ਦੇ ਨਾਲ ਕੋਪਰੇਟ ਨਹੀਂ ਕੀਤਾ, ਉਹਨਾਂ ਦੇ ਖਿਲਾਫ ਕਿਉਂ ਨਹੀਂ ਗਏ ਕਿ ਇਹ ਸਾਨੂੰ ਇਜਾਜ਼ਤ ਦਿੱਤੀ ਜਾਏ ਕਿ ਅਸੀਂ ਇਹਨਾਂ ਕੋਲੋਂ ਪੁੱਛਗਿੱਛ ਕਰੀਏ? ਇਹ ਕਾਂਗਰਸ ਸਰਕਾਰ ਦੀ ਅਤੇ ਉਹਨਾਂ ਦੇ ਨਾਲ ਮਿਲੀ ਭੁਗਤ ਨਹੀਂ ਮਿਲੇ ਹੋਣ ਕਰਕੇ ਅੱਜ ਤੱਕ 2 ਸਾਲ ਹੋ ਗਏ ਇਸ ਕਾਂਗਰਸ ਸਰਕਾਰ ਨੂੰ ਬਣਿਆ, ਇਹਨਾਂ ਨੇ ਕਿਉਂ ਨਹੀਂ ਉਹਨਾਂ ਦੇ ਖਿਲਾਫ਼ ਕੋਈ ਵੀ ਅੱਜ ਤੱਕ ਕਾਰਵਾਈ ਕੀਤੀ? ਹੁਣ ਇਹ ਗਰੇਵਾਲ ਸਾਹਿਬ ਇੱਕ ਗੱਲ ਕਹਿ ਰਹੇ ਸਨ ਕਿ ਜੀ ਸਾਡੀ ਸਰਕਾਰ ਨੇ ਰਾਮ ਰਹੀਮ ਨੂੰ ਸਜ਼ਾ ਦਵਾਈ, ਇਹਨਾਂ ਦੀ ਸਰਕਾਰ ਨੇ ਸਜ਼ਾ ਨਹੀਂ ਦਵਾਈ, ਸਜ਼ਾ ਦਿੱਤੀ ਕੋਰਟ ਨੇ, CBI ਕੋਰਟ ਨੇ ਔਰ ਇਮਾਨਦਾਰ ਜੱਜ ਜਗਦੀਪ ਸਿੰਘ। CBI ਦੀ ਇਨਕੁਆਇਰੀ ਸੀ ਔਰ CBI ਕੋਰਟ ਨੇ ਜਿਹੜੀ ਹੈ ਸਜ਼ਾ ਦਿੱਤੀ। ਇਹਨਾਂ ਦਾ ਜਿਹੜਾ ਕੰਮ ਸੀ ਉਹ ਸੀ ਉੱਥੇ ਲਾਅ ਐਂਡ ਆਰਡਰ ਮੇਨਟੇਨ ਕਰਨਾ, ਉਹਦੇ ਵਿੱਚ ਇਹਨਾਂ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ, ਕਿਉਂਕਿ ਇਹਨਾਂ ਦੀ ਹਮਦਰਦੀ ਸੀ ਡੇਰਾ ਸੌਦ ਵਾਲਿਆਂ ਦੇ ਨਾਲ, ਇਹਨਾਂ ਨੇ ਉਹਨਾਂ ਦੇ ਉੱਤੇ ਸਖ਼ਤੀ ਨਹੀਂ ਸੀ ਕਰਨਾ ਚਾਹੁੰਦੇ। ਉਹਨਾਂ ਨੇ ਸੈਂਕੜੇ ਕਰੋੜ ਦੀ ਪ੍ਰੋਪਰਟੀ ਸਾੜ ਦਿੱਤੀ, 30 ਬੰਦਿਆਂ ਨੂੰ ਆਪਣੀ ਜਾਨ ਗਵਾਉਣੀ ਪਈ, ਉਹਦੇ ਬਾਅਦ ਜਿਹੜਾ ਇਹਨਾਂ ਦੀ ਸਰਕਾਰ ਜਿਹੜੀ ਹਰਕਤ ਦੇ ਵਿੱਚ ਆਈ, ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਵਿੱਚ ਟੋਟਲੀ ਫੇਲ ਹੋਏ ਇਹਨਾਂ ਦੀ, ਕਿਉਂਕਿ ਹਮਦਰਦੀ ਸੀ ਸੌਦਾ ਸਾਹਿਬ ਦੇ ਨਾਲ। ਅੱਜ ਇਹਨਾਂ ਦੇ ਵਾਸਤੇ ਇਹ ਸਿਆਸਤ ਹੋਏਗੀ, ਲੇਕਿਨ ਸਿੱਖ ਕੌਮ ਦੀਆਂ ਭਾਵਨਾਵਾਂ ਸਿਰਫ ਇਸ ਗੱਲ ਤੇ ਖੜੀਆਂ ਨੇ
ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ ਕਿ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਮਿਲਦੀ ਹੈ ਕਿ ਨਹੀਂ, ਸਿੱਖ ਸਿਰਫ ਇਸ ਗੱਲ ਨੂੰ ਵੇਖ ਰਹੇ ਨੇ। ਇੱਕ ਗੱਲ ਮੈਂ ਹੋਰ ਪੁੱਛਣਾ ਚਾਹੁੰਦਾ ਤੀਜੀ, ਜਿਸ ਵੇਲੇ ਕੋਈ ਇਨਵੈਸਟੀਗੇਟਿੰਗ ਟੀਮ ਬਣਾਈ ਜਾਂਦੀ ਹੈ, ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣਾਈ ਜਾਂਦੀ, ਸਿੱਟ ਬਣਾਈ ਜਾਂਦੀ ਹੈ, ਜਿਹੜੀ ਸਮੇਂ ਦੀ ਸਰਕਾਰ ਹੁੰਦੀ ਹੈ ਉਹਦੀ ਪ੍ਰਿਵਿਲੇਜ ਹੁੰਦੀ ਹੈ ਕਿ ਉਹ ਕਿਹਨੂੰ ਅਪੁਆਇੰਟ ਕਰੇ, ਉਹ ਕਿਹਨੂੰ ਕਾਬਲ ਸਮਝਦੀ ਹੈ ਉਹਦੀ ਇਨਕੁਆਇਰੀ ਕਰਨ ਦੇ। ਉਹਨਾਂ ਨੇ ਇੱਕ ਬੰਦਾ ਅਪੁਆਇੰਟ ਕਰ ਦਿੱਤਾ, ਕੀ ਦੋਸ਼ੀ ਜਿਹੜਾ ਉਹਦੇ ਕੋਲੋਂ ਪੁੱਛ ਕੇ ਅਪੁਆਇੰਟ ਕੀਤਾ ਜਾਏਗਾ ਕਿ ਆਹ ਸਾਨੂੰ ਸੂਟ ਨਹੀਂ ਕਰਦਾ ਤੇ ਇਹ ਸੂਟ ਕਰਦਾ? ਇਹ ਕਿਸ ਮੂੰਹ ਨਾਲ ਜਾ ਰਹੇ ਨੇ, ਕਿਸ ਮੂੰਹ ਨਾਲ ਕਹਿ ਰਹੇ ਨੇ ਕਿ ਉਹਨੂੰ ਹਟਾਇਆ ਜਾਵੇ, ਉਹਨੂੰ ਬਾਹਰ ਭੇਜਿਆ ਜਾਵੇ? ਇਹ ਜਿਹੜੀ ਸਰਕਾਰ ਦੀ ਪ੍ਰਿਵਿਲੇਜ ਹੈ ਉਹਦੇ ਉੱਤੇ ਕਿੰਤੂ ਕਿਵੇਂ ਕਰ ਸਕਦੇ ਨੇ ਜੀ? ਇਹ ਅੱਜ ਦੀ ਇਹਨੂੰ ਸਿਆਸੀ ਮੁੱਦਾ ਬਣਾਉਣਾ ਚਾਹੁੰਦੇ ਨੇ, ਜਦਕਿ ਮੁੱਦਾ ਜਿਹੜਾ ਸਿੱਖਾਂ ਦੀਆਂ ਭਾਵਨਾਵਾਂ ਦਾ, ਇਹਨੂੰ ਸਿਆਸੀ ਮੁੱਦੇ ਦਾ ਰੂਪ ਦੇ ਕੇ ਆਪਣੀ ਜਾਨ ਬਚਾਉਣ ਚਾਹੁੰਦੇ ਨੇ। ਚਲੋ ਠੀਕ ਹੈ, ਸਿੱਖ ਕੌਮ ਜਿਹੜੀ ਹੈ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਮਾਫ਼ ਨਹੀਂ ਕਰੇਗੀ। ਇਹਨਾਂ ਦੀ ਹਰ ਹਰਕਤ ਇਸ ਗੱਲ ਨੂੰ ਜ਼ਾਹਰ ਕਰ ਰਹੀ ਹੈ ਕਿ ਦੋਸ਼ੀ ਨੇ। ਠੀਕ ਹੈ, ਮੇਰੇ ਕੋਲ ਆਖਰੀ 2 ਮਿੰਟ ਬਚੇ ਹੈ ਗਰਗ ਸਾਹਿਬ, ਤੁਹਾਡੀ ਪ੍ਰਤੀਕਿਰਿਆ ਲੈਣੀ ਚਾਹੂੰਗਾ, ਉਸ ਤੋਂ ਬਾਅਦ ਕਿਉਂਕਿ ਸੱਤਾ ਤੇ ਪਾਰਟੀ ਦੀ ਪ੍ਰਤੀਕਿਰਿਆ ਲੈਣੀ। ਗਰਗ ਸਾਹਿਬ ਕੀ ਕਹੋਗੇ ਆਖਰ ਦੇ ਵਿੱਚ? ਸਾਡਾ ਤੇ ਪਹਿਲੇ ਦਿਨ ਤੋਂ ਇੱਕੋ ਹੀ ਸਟੈਂਡ ਹੈ ਆਮ ਆਦਮੀ ਪਾਰਟੀ ਦਾ, ਜਿਹੜੇ ਦੋਸ਼ੀ ਨੇ ਭਾਵੇਂ ਜਿੰਨੇ ਮਰਜ਼ੀ ਉਹ ਪਾਵਰਫੁਲ ਨੇ, ਇਹ ਜਿਹੜੇ ਹੈ ਉਹ ਹੱਥ ਉਸ ਗ੍ਰਹਿਬੰਦ ਤੱਕ ਜਾਣੇ ਚਾਹੀਦੇ ਆ, ਸਜ਼ਾ ਮਿਲਣੀ ਚਾਹੀਦੀ ਹੈ, ਇਹਦੇ ਵਿੱਚ ਮਿਲੀ ਭੁਗਤ ਦੀ ਜਿਹੜੀ ਹੈ ਰਾਜਨੀਤੀ ਉਹ ਨਹੀਂ ਹੋਣੀ ਚਾਹੀਦੀ। ਚਲੋ ਠੀਕ ਹੈ, ਨਗੜਾ ਸਾਹਿਬ ਲਗਾਤਾਰ ਉਹੀ ਮੈਂ ਜਿਵੇਂ ਪਹਿਲਾਂ ਗੱਲ ਕਹੀ ਸੀ ਕਿ ਇਲਜ਼ਾਮ ਜਿਹੜੇ ਪਹਿਲਾਂ ਸਾਬਕਾ ਸਰਕਾਰ ਦੇ ਉੱਤੇ ਲੱਗਦੇ ਰਹੇ ਆ, ਹੁਣ ਉਹ ਤੁਹਾਡੇ ਦੇ ਲੱਗਣੇ ਸ਼ੁਰੂ ਹੋ ਗਏ, ਗੰਢ ਧੁੱਪ ਦੀ ਗੱਲ ਆ ਰਹੀ ਹੈ। ਮੈਂ ਇੱਕ ਗੱਲ ਇਹ ਪੁੱਛਣੀ ਚਾਹੂੰਗਾ ਕਿ ਕੋਈ ਤੁਸੀਂ ਆਪਣੀ ਪਾਰਟੀ ਦੇ ਵੱਲੋਂ ਅੱਜ ਇਸ ਮਾਧਿਅਮ ਦੇ ਰਾਹੀਂ ਗੱਲ ਕਹਿ ਕੇ ਜਾ ਸਕਦੇ ਹੋ, ਕੋਈ ਟਾਈਮ ਬਾਉਂਡ ਕਰ ਸਕਦੇ ਹੋ ਕਿ ਆਉਂਦੇ ਇੰਨੇ ਟਾਈਮ ਦੇ ਵਿੱਚ ਜਿਹੜਾ ਹੈ ਅਸਲ ਦੋਸ਼ੀਆਂ ਤੱਕ ਜਿਹੜੀ ਹੈ ਉਹ ਪਹੁੰਚ ਕਰ ਲਵੇਗੀ ਅਤੇ ਉਹ ਸਲਾਖਾ ਦੇ ਪਿੱਛੇ ਹੋਣਗੇ? ਬਿਲਕੁਲ ਜੀ, ਮੈਂ ਇਸ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਇੱਥੇ ਬੈਠ ਕੇ ਤੁਹਾਨੂੰ ਦੱਸ ਰਿਹਾ ਕਿ ਜੋ ਵੀ ਵਾਅਦੇ ਕੀਤੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਉਪਰੰਤ ਪਹਿਲਾਂ ਉਹ ਪੂਰੇ ਕਰਾਂਗੇ, ਤੇ ਜਿਹੜੀ ਆ ਸਿੱਟ ਬਣੀ ਹੈ ਇਹ ਪੂਰਾ ਇਨਸਾਫ ਦਵਾਏਗੀ ਔਰ ਇਹ ਸਿੱਟ ਦੀ ਕਾਰਵਾਈ ਬਿਲਕੁਲ ਨਹੀਂ ਰੁਕੇਗੀ, ਭਾਵੇਂ ਚੋਣ ਸਮਾਂ 2 ਸਾਲ ਲੰਘ ਗਏ ਆ, ਕਦੋਂ ਤੱਕ ਇਨਸਾਫ ਦਵਾਵੇਗੀ? ਸਜ਼ਾ ਦਵਾ ਕੇ ਰਹਿਣਗੇ ਸਾਡੀ ਸਰਕਾਰ, ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਇਹ ਕੰਮ ਪੂਰਾ ਹੋਊਗਾ। ਚਲੋ ਠੀਕ ਹੈ, ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਇਨਸਾਫ ਮਿਲੇ ਤੇ ਤੁਸੀਂ ਸਾਰੇ ਇਸ ਵਿਚਾਰ ਚਰਚਾ ਦੇ ਵਿੱਚ ਜੁੜੇ, ਸਾਰਿਆਂ ਦਾ ਗੱਲਬਾਤ ਕਰਨ ਲਈ, ਆਪਣਾ ਵਿਚਾਰ ਰੱਖਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਵਾਰੀ ਦਰਸ਼ਕਾਂ ਤੋਂ ਜਿਹੜੇ ਅੱਜ ਦੇ ਪੁੱਛੇ ਸਵਾਲ ਦੇ ਜਵਾਬ ਦੇਣ ਦੀ, ਇੱਕ ਵਾਰ ਮੈਂ ਦੁਹਰਾ ਦੇਣਾ ਚਾਹੁੰਦਾ ਕਿ ਜਿਹੜਾ ਸਵਾਲ ਅਸੀਂ ਆਪਣੇ ਦਰਸ਼ਕਾਂ ਤੋਂ ਪੁੱਛਿਆ ਸੀ ਕਿ SIT ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਤੈਨਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਪਰੇਸ਼ਾਨ ਹੈ, ਇਹ ਸਵਾਲ ਜਿਹੜਾ ਦਰਸ਼ਕਾਂ ਤੋਂ ਅੱਜ ਅਸੀਂ ਇਸ ਵਿਚਾਰ ਚਰਚਾ ਦੇ ਵਿੱਚ ਪੁੱਛਿਆ ਸੀ, ਔਰ ਜਿਹੜਾ ਦਰਸ਼ਕਾਂ ਨੇ ਜਵਾਬ ਦਿੱਤਾ 97% ਹਾਂ 'ਚ ਜਵਾਬ ਦਿੱਤਾ, ਜਦੋਂ ਕਿ 3% ਲੋਕ ਜਿਹੜੇ ਹੈ ਇਸ ਸਵਾਲ ਨਾਲ ਇਤਫਾਕ ਨਹੀਂ ਰੱਖਦੇ।